स्वागत है। एक चंगे आगू की योग्यता इसे तो सिद्ध हो जाती है जदों लोग बार बार उस आगू ते अपना भरोसा दिखाउण। अज एक अजिहे ही आगू साढ़े नाल टीवी पंजाब ते मौजूद ने, जगरू बराड़, जिन्हां उत्ते जनता ने लगातार पहला 9 साल 2004 तो लैके 2013 तक भरोसा दिखाया ते फिर 2017 विच मुड़ तो उन्हां नूं अपना MLA चुनिया। उन्हां नाल गलबात शुरू करदे हां। सत श्री अकाल, सब तो पहला थोड़ा स्वागत है। प्रनीत जी, शुक्रिया तुहाडा ते टीवी पंजाब दा, तुहाडे सारे सरोतियां दा, मेरी सारे सरोतियां नूं लिखी सत श्री अकाल, सलाम अलैकुम, नमस्कार। ਤੁਸੀਂ ਜਿਵੇਂ ਕਿ 2004 ਤੋਂ ਲੈ ਕੇ ਪਹਿਲਾਂ 2013 ਤੱਕ MLA ਦੀ ਸੀਟ 'ਤੇ ਰਹੇ ਹੋ ਅਤੇ ਫਿਰ ਹੁਣ 2017 'ਚ ਫਿਰ ਲੋਕਾਂ ਨੇ ਤੁਹਾਨੂੰ ਚੁਣਿਆ, ਅਤੇ ਇਸ ਇੱਕ ਲੰਮਾ ਸਮਾਂ ਹੈਗਾ ਇਹ, ਅਤੇ ਇਸ ਦੌਰਾਨ ਕਿਹੋ ਜਿਹੇ ਬਦਲਾਅ ਤੁਹਾਨੂੰ ਦੇਖਣ ਨੂੰ ਮਿਲੇ ਨੇ? ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ 4 ਵਾਰੀ ਲਗਾਤਾਰ ਚੁਣ ਕੇ ਆਪਣਾ ਨੁਮਾਇੰਦਾ ਵਿਕਟੋਰੀਆ ਦੇ ਵਿੱਚ ਭੇਜਿਆ। ਗੁਰੂ ਸਾਹਿਬ ਦੇ ਫਰਮਾਨ ਦੇ ਮੁਤਾਬਕ ਇਨਹੀਂ ਕਿ ਕਿਰਪਾ ਸੇ ਸਜੇ ਹਮ ਹੈ। ਇਹ ਲੋਕਾਂ ਦੀ ਜਿਹੜੀ ਹੈਗੀ ਹੈ, ਸਰੀ ਦੇ ਲੋਕਾਂ ਦੀ ਮਿਹਰਬਾਨੀ ਹੈ ਜਿਨ੍ਹਾਂ ਕਰਕੇ ਮੈਨੂੰ ਉਹਨਾਂ ਨੇ ਆਪਣਾ ਨੁਮਾਇੰਦਾ ਚੁਣਿਆ। ਔਰ ਮੈਂ ਕੋਸ਼ਿਸ਼ ਕੀਤੀ ਹਮੇਸ਼ਾ ਵਿਕਟੋਰੀਆ ਦੇ ਵਿੱਚ ਜਾ ਕੇ ਜਿਹੜੇ ਸਰੀ ਦੇ ਲੋਕਾਂ ਦੇ ਮਸਲੇ ਨੇ, ਮੁੱਦੇ ਨੇ, ਉਹਨਾਂ ਦੇ ਉੱਤੇ ਦਲੇਰੀ ਦੇ ਨਾਲ, ਸਮਝਦਾਰੀ ਦੇ ਨਾਲ ਆਵਾਜ਼ ਜਿਹੜੀ ਆ ਉਹ ਬੁਲੰਦ ਕੀਤੀ ਹੈ। ਅਤੇ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਉਹਨਾਂ ਦੇ ਮੁੱਦਿਆਂ ਨੂੰ ਉੱਥੇ ਜਾ ਕੇ ਚੁੱਕਿਆ, ਅਤੇ ਫਿਰ ਹੁਣ ਤੱਕ ਕਿਹੜੇ ਕੋਈ ਵੱਡੇ ਮੁੱਦੇ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਚੁੱਕਿਆ ਅਤੇ ਉਹ ਹੱਲ ਵੀ ਹੋਏ? ਸਿਆਸਤ ਦੇ ਵਿੱਚ ਜਿਹੜੀ ਇੱਥੋਂ ਦੀ ਡੈਮੋਕ੍ਰੇਸੀ, ਉਹਦੇ ਵਿੱਚ ਅਸੀਂ ਪਹਿਲਾਂ ਜ਼ਿਆਦਾ ਸਮਾਂ ਜਿਹੜਾ ਵਿਰੋਧੀ ਧਿਰ ਦੇ ਵਿੱਚ ਰਹੇ, ਹੁਣ ਅਸੀਂ ਪਿਛਲੇ 18 ਮਹੀਨੇ ਤੋਂ ਸਾਡੀ ਸਰਕਾਰ ਹੈਗੀ ਹੈ। ਵਿਰੋਧੀ ਧਿਰ ਦੇ ਵਿੱਚ ਤੁਹਾਡੇ ਕੋਲ ਬਹੁਤੇ ਜਿਹੜੇ ਫੈਸਲਾ ਕਰਨ ਦੇ ਜਿਹੜੇ ਹੱਕ ਨਹੀਂ ਹੁੰਦੇ, ਕਿਉਂਕਿ ਤੁਹਾਡਾ ਵਿਰੋਧੀ ਧਿਰ ਦੇ ਵਿੱਚ ਤੁਹਾਡਾ ਹੱਕ ਜਿਹੜਾ ਸਰਕਾਰ 'ਤੇ ਦਬਾਅ ਪਾ ਕੇ ਲੋਕਾਂ ਦੇ ਕੰਮ ਕਰਵਾ ਸਕਦੇ ਹੋ ਤੁਸੀਂ, ਪਰ ਉਹ ਤੁਹਾਡੇ ਕੋਲ ਆਪਣੇ ਫੈਸਲੇ ਕਰਨ ਦੇ ਹੱਕ ਨਹੀਂ ਹੁੰਦੇ। ਅਤੇ ਉਦੋਂ ਮੈਂ ਕੋਸ਼ਿਸ਼ ਕੀਤੀ, ਉਦੋਂ ਵੀ ਮੈਂ ਕਾਫੀ ਜਿਹੜੇ ਕੰਮ ਕਰਵਾ ਸਕਿਆ, ਅਤੇ ਹੁਣ ਅਸੀਂ ਸਰਕਾਰ ਦੇ ਵਿੱਚ ਹਾਂ। ਔਰ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਮੈਂ 3-4 ਕੰਮ ਜਿਹੜੇ ਮੈਂ ਕਰਵਾਉਣ 'ਚ ਕਾਮਯਾਬ ਹੋ ਸਕਿਆ, ਉਹਨਾਂ ਦੀ ਮੈਂ ਜ਼ਿਕਰ ਕਰਨਾ ਚਾਹੂੰਗਾ। ਉਹ ਇਹ ਆ ਕਿ ਜਦੋਂ ਮੈਂ ਪਹਿਲੀ ਵਾਰੀ ਚੁਣ ਕੇ ਗਿਆ 2004 ਦੇ ਵਿੱਚ, ਪਹਿਲੀ ਵਾਰੀ ਵਿਧਾਨ ਸਭਾ ਦੇ ਵਿੱਚ ਬੈਠਾ ਮੈਂ ਜਾ ਕੇ, ਪਹਿਲੇ ਹਫ਼ਤੇ ਉਸ ਵੇਲੇ ਸਰੀ ਦੇ ਵਿੱਚ ਜਿਹੜੀ ਹੈਲਥ ਕੇਅਰ ਦੀ ਸਮੱਸਿਆ ਬਹੁਤ ਵੱਡੀ ਸੀ, ਵੇਟ ਟਾਈਮ ਬਹੁਤ ਲੰਬੇ ਸੀ, ਮੈਂ ਉਹ ਜਾ ਕੇ ਸਵਾਲ ਪਹਿਲੇ ਹਫ਼ਤੇ ਉਠਾਏ ਔਰ ਸਰਕਾਰ ਇੰਨੇ ਦਬਾਓ ਥੱਲੇ ਆਈ, ਉਹ ਬੜੀ ਵੱਡੀ ਖਬਰ ਬਣੀ, ਇਹਨੇ ਦਬਾਓ ਥੱਲੇ ਆਈ ਕਿ ਸਰਕਾਰ ਨੂੰ $28 ਮਿਲੀਅਨ ਐਲਾਨ ਕਰਨਾ ਪਿਆ ਮੇਰੇ ਪਹਿਲੇ ਹਫ਼ਤੇ ਉੱਥੇ ਵਿਧਾਨ ਸਭਾ ਦੇ ਵਿੱਚ ਬੈਠਣ ਤੋਂ ਬਾਅਦ। ਇਹ BC ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਕਿ ਕਿਸੇ MLA ਨੇ, ਵਿਰੋਧੀ ਧਿਰ ਦੇ MLA ਨੇ, ਪਹਿਲੇ ਹਫ਼ਤੇ ਜਾ ਕੇ $28 ਮਿਲੀਅਨ ਆਪਣੇ ਲੋਕਾਂ ਨੂੰ ਹੈਲਥ ਕੇਅਰ ਵਾਸਤੇ, ਉਹਨੂੰ ਇੰਪਰੂਵ ਕਰਨ ਵਾਸਤੇ ਦਵਾਇਆ ਹੋਵੇ। ਇਸੇ ਤਰੀਕੇ ਨਾਲ ਜਿਹੜਾ ਲੋਕਾਂ ਨੇ ਮੇਰੇ ਕੋਲ ਜਿਹੜੇ ਕਮਿਊਨਿਟੀ ਦੇ ਲੋਕ 5 ਕਾਰਾਂ ਦਾ ਮਸਲਾ ਲੈ ਕੇ ਆਏ ਵੀ ਇਹਦਾ ਮਤਾ ਵਿਧਾਨ ਸਭਾ 'ਚ ਪਾਸ ਹੋਣਾ ਚਾਹੀਦਾ, ਉਹ ਮਤਾ ਮੈਂ ਵਿਧਾਨ ਸਭਾ 'ਚ ਲੈ ਕੇ ਗਿਆ। ਉਹ 5 ਕਾਰਾਂ ਦਾ ਮਤਾ ਜਿਹੜਾ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਦੇ ਨਾਲ, ਸਾਨੂੰ ਸਰਕਾਰ ਨੇ ਮਦਦ ਕੀਤੀ, ਅਸੀਂ ਵਿਰੋਧੀ ਧਿਰ ਦੇ ਵਿੱਚ ਸੀਗੇ, ਉਹ ਮਤਾ ਪਾਸ ਹੋਇਆ। ਉਸ ਮਤੇ ਦੇ ਬਾਰੇ ਪੂਰੀ ਤਰ੍ਹਾਂ ਦੱਸਿਓ ਕਿ ਕੀ ਮਤਾ ਸੀਗਾ, ਕਿ ਕਿੰਨਾ ਕਿਵੇਂ ਕਿੰਨਾ ਸਮਾਂ ਲੱਗਿਆ? 5 ਕਾਰ ਨੇ ਆਪਣੇ ਉਹਨਾਂ ਬਾਰੇ ਉਹ ਮਤਾ ਸੀਗਾ ਕਿ ਉਹਨਾਂ ਨੂੰ ਇੱਥੇ BC ਵਿਧਾਨ ਸਭਾ ਦੇ ਵਿੱਚੋਂ ਉਹਦੀ ਪ੍ਰਵਾਨਗੀ ਦੇ ਕੇ ਉਹਨਾਂ ਨੂੰ ਸਵੀਕਾਰ ਕੀਤਾ ਜਾਵੇ, ਤਾਂ ਕਿ ਜਿਹੜਾ ਸਾਡੀ ਹੋਰ ਬਹੁਤ ਸਾਰੇ ਥਾਵਾਂ ਦੇ ਉੱਤੇ, ਚਾਹੇ ਵਰਕ ਪਲੇਸ ਹੈ, ਚਾਹੇ ਸਕੂਲ ਹੈ, ਚਾਹੇ ਕਾਲਜ ਹੈ, ਚਾਹੇ ਹੋਸਪਿਟਲ ਹੈ, ਉਹਦਾ ਸਨਮਾਨ ਵਧੇ ਉਹਨਾਂ 5 ਕਕਾਰਾਂ ਦਾ। ਸੋ ਉਹ 5 ਕਕਾਰਾਂ ਦਾ ਜਿਹੜਾ ਮਤਾ ਸੀਗਾ, ਉਹ ਦਾਸ ਨੂੰ ਪੇਸ਼ ਕਰਨ ਦਾ ਮੌਕਾ ਮਿਲਿਆ, ਅਤੇ ਉਹਦੀ ਸਰਕਾਰ ਨੇ ਵੀ ਸਪੋਰਟ ਕੀਤੀ, ਸਾਰੀ ਸਰਬਸੰਮਤੀ ਨੂੰ ਸਪੋਰਟ ਹੋ ਕੇ ਬੜੀ ਵੱਡੀ ਭਾਰੀ ਗਿਣਤੀ ਕਮਿਊਨਿਟੀ ਦੇ ਲੋਕ ਉੱਥੇ ਪਹੁੰਚੇ ਸੀਗੇ, ਉਹ ਮਤਾ ਪਾਸ ਹੋਇਆ ਅਤੇ ਕਮਿਊਨਿਟੀ ਦਾ ਜਿਹੜਾ ਮਾਣ ਉਹਦੇ ਵਿੱਚ ਬਹੁਤ ਵੱਡਾ ਵਧਿਆ। ਇਸੇ ਤਰੀਕੇ ਨਾਲ ਜਿਹੜਾ ਸਾਡਾ ਕਾਮਾਗਾਟਾ ਮਾਰੂ, ਤੁਹਾਨੂੰ ਪਤਾ ਹੋਣਾ, ਇੱਥੇ ਮਸਲਾ ਬਹੁਤ ਲੰਬੇ ਚਿਰ ਦਾ ਚੱਲਿਆ ਆ ਰਿਹਾ, ਉਹਦਾ ਪਾਰਲੀਮੈਂਟ ਦੇ ਵਿੱਚ ਮਤਾ ਪਾਸ ਕਰਨ ਤੋਂ, ਮਾਫ਼ੀ ਮੰਗਣ ਤੋਂ ਜਵਾਬ ਦੇ ਦਿੱਤਾ ਸੀਗਾ। ਅਤੇ ਉਸ ਵੇਲੇ ਮੈਂ BC ਵਿਧਾਨ ਸਭਾ ਦੇ ਵਿੱਚ ਗਿਆ ਮਤਾ ਲੈ ਕੇ, ਕਿਉਂਕਿ ਉਹ ਘਟਨਾ BC ਦੇ ਵਿੱਚ ਵਾਪਰੀ ਸੀ, ਅਤੇ ਮੈਂ BC ਵਿਧਾਨ ਸਭਾ 'ਚ ਮਤਾ ਰੱਖਿਆ ਕਿ BC ਦੀ ਸਰਕਾਰ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ, ਕਿਉਂਕਿ BC ਦੇ ਇੱਥੇ ਜਿਹੜਾ ਉਹ ਕੋਸਟ ਦੇ ਉੱਤੇ ਆ ਕੇ ਉਹ ਜਿਹੜਾ ਘਟਨਾ ਵਾਪਰੀ ਹੈ ਕਾਮਾਗਾਟਾ ਮਾਰੂ ਦੀ, ਤਾਂ ਉਹ ਮਤਾ ਵੀ ਪਾਸ ਹੋਇਆ, ਸਾਡੀ ਸਰਕਾਰ ਨੇ ਉਹਦੇ 'ਚ ਸਪੋਰਟ ਕੀਤੀ ਅਤੇ ਉਹ ਮਤਾ ਸਰਬਸੰਮਤੀ ਨਾਲ ਉਹ ਵੀ ਮਤਾ ਪਾਸ ਹੋਇਆ। ਇਸੇ ਤਰੀਕੇ ਨਾਲ ਜਿਹੜਾ ਹੁਣ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਕਿ ਇੱਥੇ ਜਿਹੜੇ ਫਾਰਮ ਹਾਊਸ ਦਾ ਬਹੁਤ ਵੱਡਾ ਰੌਲਾ ਪਿਆ ਸੀ, ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਉਹਦੇ 'ਚ ਕਮਿਊਨਿਟੀ ਸਾਡੇ ਕੋਲ 3 ਮੰਗਾਂ ਲੈ ਕੇ ਆਈ ਕਿ ਵੀ ਇੱਕ ਤਾਂ ਜਿਹੜੇ ਘਰਾਂ ਦੀ ਭਰਤ ਪੈ ਚੁੱਕੀ ਆਲਰੇਡੀ, ਉਹਨਾਂ ਨੂੰ ਤੁਸੀਂ ਗ੍ਰੈਂਡਫਾਦਰ ਕਰ ਦਿਓ, ਇੱਕ ਜਿਹੜਾ ਟਾਈਮ ਲਾਈਨ ਹੈ ਉਹ ਛੇਤੀ ਹੋਣਾ ਚਾਹੀਦਾ ਫੈਸਲਾ ਉੱਥੇ ਜਦੋਂ ਕਮਿਸ਼ਨ ਕੋਲ ਜਾਂਦਾ, ਅਤੇ ਤੀਜਾ ਸੀਗਾ ਉਹਨਾਂ ਦਾ ਵੀ ਜਿਹੜੇ ਵੱਡੇ ਮਲਟੀ ਜਨਰੇਸ਼ਨ ਫੈਮਲੀਜ਼ ਹੈਗੀਆਂ ਜਿੱਥੇ ਦਾਦੇ ਤੋਂ ਲੈ ਕੇ ਪੋਤੇ ਤੱਕ ਇਕੱਠੇ ਰਹਿੰਦੇ, 2 ਭਰਾ ਇਕੱਠੇ ਰਹਿੰਦੇ ਆ, ਉਹਨਾਂ ਨੂੰ ਵੱਡੇ ਘਰ ਦੀ ਲੋੜ ਆ, ਉਹਨਾਂ ਨੂੰ ਇਜਾਜ਼ਤ ਵੱਡੇ ਘਰ ਦੀ ਹੋਣੀ ਚਾਹੀਦੀ, ਚਾਹੇ ਵੈਸੇ 5400 ਸਕੁਅਰ ਫੁੱਟ ਦੀ ਇਜਾਜ਼ਤ ਹੈਗੀ ਹੈ ਗਰਾਜ ਤੋਂ ਬਗੈਰ,
ਉਹ ਤਿੰਨ ਮੰਗਾਂ ਲੈ ਕੇ ਅਸੀਂ ਜਿਹੜੇ ਹੈਗੇ ਵਿਧਾਨ ਸਭਾ ਦੇ ਵਿੱਚ ਗਏ, ਮੰਤਰੀ ਦੇ ਨਾਲ ਗੱਲਬਾਤ ਕੀਤੀ, ਮੰਤਰੀ ਦੇ ਸਟਾਫ ਨਾਲ ਗੱਲਬਾਤ ਕੀਤੀ, ਉਹਨਾਂ ਨੂੰ ਕਨਵਿੰਸ ਕਰਾਇਆ, ਉਹਨਾਂ ਨੂੰ ਦਲੀਲਾਂ ਦੇ ਕੇ ਕਨਵਿੰਸ ਕਰਾਇਆ ਵੀ ਇਹ ਜ਼ਰੂਰੀ ਹੈ, ਕਿਉਂਕਿ ਜੇ ਕੋਈ ਬੰਦਾ ਪੈਸਾ ਖਰਚ ਕਰੀ ਬੈਠਾ ਉਹਦੇ 'ਤੇ ਤਾਂ ਉਹਨੂੰ ਹੱਕ ਹੋਣਾ ਚਾਹੀਦਾ ਕਿ ਉਹ ਆਪਣਾ ਪ੍ਰੋਜੈਕਟ ਜਾਰੀ ਰੱਖ ਸਕੇ। ਉਹ ਤਿੰਨੇ ਮੰਗਾਂ ਅਸੀਂ ਜਿਹੜੀਆਂ ਹੈਗੀਆਂ ਉਹ ਕਰਾਉਣ ਦੇ ਵਿੱਚ ਜਿਹੜਾ ਹੈਗਾ ਉਹ ਪਾਸ ਹੋ ਸਕੇ ਹਾਂ। ਉਹਦੇ ਵਿੱਚ ਇਸ ਚੀਜ਼ ਦੀ ਵੀ ਤੁਸੀਂ ਕਹਿ ਰਹੇ ਹੋ ਕਿ ਪਰਮਿਸ਼ਨ ਮਿਲ ਗਈ ਹੈ ਕਿ ਵੱਡੇ ਘਰ ਫਾਰਮ ਹਾਊਸਿਸ ਵਿੱਚ ਬਣਾ ਸਕਦੇ ਨੇ? ਵੱਡਾ ਘਰ 5400 ਤੋਂ ਫਾਰਮ ਦੇ ਵਿੱਚ ਬਣ ਸਕਦਾ, ਲੇਕਿਨ ਲੋੜ ਦੇ ਮੁਤਾਬਕ ਬਣ ਸਕਦਾ। ਜੇ ਕਿਸੇ ਦੀ ਫੈਮਿਲੀ ਅੱਜ ਹੈਗੀ ਹੈ, ਉਹਦੇ ਦਾਦੇ ਤੋਂ ਲੈ ਕੇ ਪੋਤੇ ਤੱਕ, ਜਿਹੜਾ ਅਸੀਂ ਦਲੀਲ ਦਿੱਤੀ ਸੀ ਉਸ ਵੇਲੇ ਕਿ ਭਾਈ ਸਾਡੇ ਬਹੁਤ ਸਾਰੇ ਪਰਿਵਾਰ ਦੇ ਮੈਂਬਰ ਇਕੱਠੇ ਰਹਿੰਦੇ ਆ, ਦੋ ਭਰਾ ਇਕੱਠੇ ਰਹਿੰਦੇ ਆ, ਉਹ ਮੈਰਿਡ ਨੇਗੇ, ਉਹਨਾਂ ਦੇ ਗਾਂ ਬੱਚੇ ਨੇਗੇ, ਦਾਦਾ ਵੀ ਨਾਲ ਰਹਿੰਦਾ। ਸੋ ਜੇ ਕਿਸੇ ਨੂੰ 8 ਬੈਡਰੂਮ ਦੀ ਲੋੜ ਹੈਗੀ ਹੈ ਤਾਂ ਉਹ ਲੋੜ ਜੇ ਪੇਸ਼ ਕਰਦੇ ਉਹਨੂੰ ਉਹਦੇ ਮੁਤਾਬਕ ਘਰ ਬਣਾਉਣ ਦੀ ਇਜਾਜ਼ਤ ਮਿਲੂਗੀ। ਜੇ ਉਹ ਨਹੀਂ, ਫਿਰ ਨਹੀਂ ਮਿਲਣੀ, ਫਿਰ 5400 ਤੱਕ ਬਣਵਾਇਆ ਜਾ ਸਕਦਾ। ਅਤੇ ਇਹਦੇ ਨਾਲ ਜਿਹੜੀ ਆਖਰੀ ਮੈਂ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਵੀ ਮੈਨੂੰ ਮੌਕਾ ਮਿਲਿਆ ਜਿਹੜਾ ਵੈਲਫੇਅਰ ਚੈਲੇਂਜ ਕਰਨ ਦਾ, ਜਿਹੜਾ BC ਦੇ ਵਿੱਚ ਗਰੀਬ ਲੋਕ ਨੇਗੇ, ਗਰੀਬੀ ਦੀ ਰੇਖਾ ਤੋਂ ਥੱਲੇ ਰਹਿ ਰਹੇ ਲੋਕ ਨੇਗੇ, ਉਹਨਾਂ ਦੇ ਵਿੱਚ 1 ਲੱਖ ਦੇ ਕਰੀਬ ਬੱਚਾ ਵੀ ਹੈ, ਜਿਹੜਾ ਬੱਚਾ ਗਰੀਬੀ ਦੀ ਰੇਖਾ ਥੱਲੇ ਰਹਿੰਦਾ। ਸੋ ਉਹ ਇੱਕ ਔਰਗਨਾਈਜੇਸ਼ਨ ਨੇ ਜਿਹੜਾ ਹੈਗਾ ਚੈਲੇਂਜ ਪੇਸ਼ ਕੀਤਾ ਸੀ, ਸਾਰੇ MLA ਨੂੰ ਕੀਤਾ ਸੀਗਾ ਕਿ ਵੀ ਤੁਸੀਂ ਰਹਿ ਕੇ ਦਿਖਾਓ, ਜਿੰਨੇ ਪੈਸੇ ਤੁਸੀਂ ਦਿੰਦੇ ਆ ਇਹਦੇ ਨਾਲ ਕੰਮ ਚੱਲਦਾ ਨਹੀਂ, ਲੋਕਾਂ ਨੂੰ ਚੋਰੀ ਕਰਨੀ ਪੈਂਦੀ ਹੈ। ਸੋ ਮੈਂ ਉਹ 31 ਦਿਨ ਜਿਹੜਾ ਹੈਗਾ 2012 ਸਾਲ ਦੇ ਵਿੱਚ ਉਸ ਅਮਾਊਂਟ 'ਤੇ ਮੈਂ ਰਿਹਾ ਸੀਗਾ 1 ਮਹੀਨਾ। ਮੇਰਾ ਮਕਸਦ ਸੀ ਕਿ ਉਹਨਾਂ ਲੋਕਾਂ ਦੀ ਲੋਕਾਂ ਨੂੰ ਸਟੋਰੀ ਜਿਹੜੀ ਹਕੀਕਤ ਹੈ, ਉਹ ਬਹੁਤ ਸਾਰੀਆਂ ਉਹਨਾਂ ਲੋਕਾਂ ਬਾਰੇ ਮਿਥਸ ਬਣੀਆਂ ਹੋਈਆਂ ਨੇ, ਮਿਸ ਇਨਫੋਰਮੇਸ਼ਨ ਹੈਗੀ ਆ, ਸੋ ਉਹ ਕਹਾਣੀ ਉਹਨਾਂ ਦੀ ਸੁਣਾਉਣ ਦੀ ਹਕੀਕਤ ਕਿਆ ਹੈ। ਸੋ ਮੈਂ ਉਹ 31 ਦਿਨਾਂ ਦੇ ਵਿੱਚ ਉਹਨਾਂ ਦੀ ਕਹਾਣੀ ਸੁਣਾਉਣ ਦੇ ਵਿੱਚ ਕਾਮਯਾਬ ਹੋਇਆ। ਉਸ ਤੋਂ ਬਾਅਦ ਜਿਹੜੀਆਂ ਬਹੁਤ ਵੱਡੀਆਂ ਤਬਦੀਲੀਆਂ ਵੀ ਹੋਈਆਂ, ਹੁਣ ਅਸੀਂ ਸਾਡੀ ਸਰਕਾਰ ਆਈ ਹੈ, ਅਸੀਂ ਇੱਕ ਪਾਵਰਟੀ ਰਿਡਕਸ਼ਨ ਜਿਹੜਾ ਹੈਗਾ ਲੈਜਿਸਲੇਸ਼ਨ ਪਾਸ ਕਰ ਦਿੱਤਾ, ਜਿਹਦੇ ਵਿੱਚ ਅਗਲੇ 5 ਸਾਲਾਂ ਦੇ ਵਿੱਚ ਜਿਹੜੀ ਬੱਚਿਆਂ ਦੀ ਗਰੀਬੀ, ਖਾਸ ਕਰਕੇ ਜਿਹੜੇ ਬੱਚੇ ਗਰੀਬੀ ਦੀ ਰੇਖਾ ਥੱਲੇ ਹੈਗੇ ਆ, ਉਹ 50% ਜਿਹੜੀ ਹੈਗੀ ਆ ਉਹ ਘਟਾਈ ਜਾਊਗੀ। 50% ਬੜਾ ਵੱਡਾ ਨੰਬਰ ਹੁੰਦਾ, ਅਤੇ ਜਿਹੜੀ ਐਡਲਟ ਪਾਵਰਟੀ ਹੈਗੀ ਹੈ ਉਹ 25% ਘਟਾਈ ਜਾਊਗੀ। ਸੋ ਉਹ ਇਹਨਾਂ ਇਸ ਤਰ੍ਹਾਂ ਦੇ ਜਿਹੜੇ ਬਹੁਤ ਵੱਡੀਆਂ ਤਬਦੀਲੀਆਂ ਜਿਹੜੀਆਂ ਕਰਵਾਉਣ ਦੇ ਵਿੱਚ ਮੈਂ ਆਪਣਾ ਰੋਲ ਅਦਾ ਕੀਤਾ ਇਸ ਸਮੇਂ ਦੇ ਦਰਮਿਆਨ, ਅਤੇ ਉਹਦੇ 'ਚ ਕਾਮਯਾਬ ਵੀ ਹੋਇਆ। ਬਹੁਤ ਹੀ ਵਧੀਆ ਕੰਮ ਤੁਸੀਂ ਕੀਤੇ ਨੇ, ਬਹੁਤ ਸ਼ਲਾਘਾਯੋਗ ਵੀ ਨੇ। ਇਸ ਦੇ ਨਾਲ ਹੀ BC ਹਾਊਸਿੰਗ ਦੇ ਵਿੱਚ ਜਿਹੜੀ ਨਵੀਂ ਸਰਕਾਰ ਹੈ, NDP ਸਰਕਾਰ ਹੈ, ਇਹ ਵੱਡੇ ਪੱਧਰ 'ਤੇ ਕੰਮ ਕਰ ਰਹੀ ਹੈ। ਕਈ ਯੂਨਿਟ ਜਿਹੜੇ ਸਰੀ ਦੇ ਵਿੱਚ ਵੀ ਬਣਾਏ ਜਾ ਰਹੇ ਨੇ ਕਿ ਬੇਘਰਾਂ ਨੂੰ ਕੋਈ ਵੀ ਬੇਘਰ ਨਾ ਰਹੇ, ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇਸ ਦੇ ਨਾਲ ਹੀ ਜੇਕਰ ਆਪਾਂ ਸਰੀ ਦੀ ਹੀ ਗੱਲ ਕਰਦੇ ਹਾਂ ਤਾਂ ਜਿਹੜਾ ਰੈਂਟਲ ਹਾਊਸਿਸ ਦੀ ਜਿਹੜੇ ਇੱਕ ਵੱਡਾ ਇਸ਼ੂ ਇਸ ਸਮੇਂ ਸਰੀ ਵਾਸੀਆਂ ਨੂੰ ਸਹਿਣਾ ਪੈਂਦਾ, ਜਿਨ੍ਹਾਂ ਕੋਲ ਘਰ ਨਹੀਂ ਹੈਗੇ ਉਹ ਰੈਂਟ 'ਤੇ ਜਿਹੜੇ ਰਹਿੰਦੇ ਨੇ, ਅਤੇ ਰੈਂਟ ਇੰਨੇ ਜ਼ਿਆਦਾ ਹਾਈ ਹੋ ਚੁੱਕੇ ਨੇ ਕਿ ਉਹ ਅਫੋਰਡ ਨਹੀਂ ਕਰ ਸਕਦੇ। ਇਹ ਜਿਹੜਾ ਨਾ, ਮੈਂ ਸਮਝਦਾ ਕਿ ਆਪਣੇ ਪੁਰਾਣੇ ਜ਼ਮਾਨੇ 'ਚੋਂ ਤਾਂ ਕਹਿੰਦੇ ਹੁੰਦੇ ਸੀ ਕਿ ਆਮ ਬੰਦੇ ਨੂੰ ਕੀ ਚਾਹੀਦਾ, ਕੁੱਲੀ ਗੁੱਲੀ ਜੁੱਲੀ। ਇਸ ਮੁਲਕ ਦੇ ਵਿੱਚ ਕੀ ਚਾਹੀਦਾ? ਹੈਲਥ ਕੇਅਰ, ਐਜੂਕੇਸ਼ਨ, ਜੋਬ ਅਤੇ ਘਰ, 4 ਚੀਜ਼ਾਂ। ਘਰ ਜਿਹੜਾ ਹੈਗਾ, ਮੈਂ ਸਮਝਦਾ ਜਿੰਨੇ ਵੀ ਅਸੀਂ ਬਾਹਰਲੇ ਮੁਲਕਾਂ ਤੋਂ ਆਏ, ਈਵਨ ਜਿਹੜੇ ਬੰਦੇ ਇੱਥੇ ਬੱਚੇ ਪੈਦਾ ਹੋ ਰਹੇ ਆ, ਜਿਹੜਾ ਘਰ ਹਰ ਬੰਦੇ ਦਾ ਸੁਪਨਾ, ਘਰ ਤੋਂ ਬਾਹਰ ਕੰਮ ਚੱਲਦਾ ਨਹੀਂ ਹੈਗਾ। ਹਰ ਵਿਅਕਤੀ ਦਾ ਸੁਪਨਾ ਹੈ ਘਰ ਲੈਣਾ ਅਤੇ ਆਪਣਾ ਘਰ ਸਜਾਉਣਾ ਅਤੇ ਉਹਦੇ ਵਿੱਚ ਰਹਿਣਾ। ਉਹ ਸੁਪਨਾ ਜਿਹੜਾ BC ਦੇ ਵਿੱਚ ਇਸ ਵੇਲੇ ਮੈਂ ਸਮਝਦਾ ਬਹੁਤ ਸਾਰੇ ਲੋਕਾਂ ਦਾ ਮਰ ਚੁੱਕਾ, ਜਿਹੜੇ ਪ੍ਰੋਫੈਸ਼ਨਲ ਲੋਕ ਨੇਗੇ, ਟੀਚਰਸ ਹੋਏ, ਜਿਹੜੇ ਫਾਇਰ ਫਾਈਟਰਸ ਹੋਏ, ਪੁਲਿਸ ਆਫਿਸਰਸ ਹੋਏ, ਸੋਸ਼ਲ ਵਰਕਰ ਹੋਏ, ਜਿਹੜੇ ਇਸ ਕੈਟਾਗਰੀ ਦੇ ਮਿਡਲ ਕਲਾਸ ਲੋਕ ਨੇਗੇ, ਉਹਨਾਂ ਦਾ ਸੁਪਨਾ ਮਰ ਚੁੱਕਾ। ਉਹਦਾ ਕਾਰਨ ਇਹ ਹੈ ਕਿ ਇੱਥੇ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜੀ ਡਰਟੀ ਮਨੀ ਇਨਵੈਸਟ ਹੋਈ ਹੈ ਘਰਾਂ ਦੇ ਵਿੱਚ, ਖਾਸ ਕਰਕੇ 2013 ਤੋਂ ਲੈ ਕੇ 2016 ਦੇ ਵਿੱਚ, ਅਤੇ ਉਹ ਜਿਹੜੀ ਮਨੀ ਇਨਵੈਸਟ ਹੋਈ ਹੈ BC ਆਪਣਾ ਹਾਊਸਿੰਗ ਇੰਡਸਟਰੀ ਦੇ ਵਿੱਚ, ਉਹਨੇ ਇੱਕਦਮ ਘਰਾਂ ਦੀ ਜਿਹੜੀ ਕੀਮਤ ਹੈ ਉਹ ਉੱਪਰ ਸ਼ੂਟ ਕੀਤੀ ਹੈ। ਜਿਹੜੀ ਕੀਮਤ 25 ਸਾਲਾਂ 'ਚ ਵਧਣੀ ਚਾਹੀਦੀ ਸੀਗੀ ਉਹ 3 ਸਾਲਾਂ ਦੇ ਵਿੱਚ ਵਧੀ ਹੈ, ਅਤੇ ਜਿਹੜੀ ਜੇ 25 ਸਾਲਾਂ 'ਚ ਵੱਧਦੀ ਹੈ ਤਾਂ ਉਹਦੇ ਨਾਲ ਕੀ ਹੁੰਦਾ, ਲੋਕਾਂ ਦੀ ਜਿਹੜੀ ਸੈਲਰੀ ਵੀ ਵਧੀ ਜਾਂਦੀ, ਲੋਕ ਅਫੋਰਡ ਕਰਦੇ ਆ। ਹੁਣ ਕੀ ਹੋਇਆ, ਸੈਲਰੀ ਲੋਕਾਂ ਦੀ ਵਧੀ ਨਹੀਂ, ਉਹ ਜਿਹੜੀ ਉਹਨਾਂ ਦੀ ਕੀਮਤ ਦੁੱਗਣੀ ਹੋ ਗਈ, ਇਸ ਕਰਕੇ ਲੋਕ ਉਸ ਗੱਲ ਨੂੰ ਅਫੋਰਡ ਨਹੀਂ ਕਰ ਰਹੇ, ਅਤੇ ਇਹ ਇੱਕ ਬੜੀ ਤ੍ਰਾਸਦੀ ਹੈਗੀ ਹੈ। ਪਰ ਉਸ ਵੇਲੇ ਜਿਹੜੀ BC ਲਿਬਰਲ ਸਰਕਾਰ ਨੂੰ ਦੱਸਿਆ ਗਿਆ ਸੀ ਵੀ ਆਹ ਕੰਮ ਹੋ ਰਿਹਾ, ਕਿਸੀਨੋ ਦੇ ਵਿੱਚ ਸਰਕਾਰ ਨੇ ਅੱਖਾਂ ਮੀਚੀਆਂ ਅਤੇ ਅੱਖਾਂ ਮੀਚ ਕੇ, ਕਿਉਂਕਿ ਉਹਨਾਂ ਦੇ ਜਿਹੜੇ ਮੋਹਰੀ ਬੰਦੇ ਸੀ, ਖਾਸ ਕਰਕੇ ਉਹਨਾਂ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਸੀ ਜਿਹੜੇ ਵੱਡੇ ਡਿਵੈਲਪਰਸ ਦਾ, ਉਹਨਾਂ ਨੇ ਇਸ 'ਤੇ ਐਕਸ਼ਨ ਨਹੀਂ ਲਿਆ। ਸਾਡੀ ਸਰਕਾਰ ਹੁੰਦੇ ਸਾਰ ਅਸੀਂ ਇਹ 'ਤੇ ਐਕਸ਼ਨ ਲਿਆ, ਉਹ ਡਰਟੀ ਮਨੀ ਦੀ ਜਿਹੜੀ ਸਾਰੀ ਹਕੀਕਤ ਆ ਲੋਕਾਂ ਨੂੰ ਸਾਹਮਣੇ ਪੇਸ਼ ਕੀਤੀ ਹੈ, ਉਹਦੀ ਗਾਹਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ, ਉਹਨੂੰ ਇਸ ਵੇਲੇ ਅਸੀਂ ਨੱਥ ਪਾਈ ਹੈ। ਸੋ ਉਹਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ। ਸੋ ਹਾਊਸਿੰਗ ਦੇ ਵਿੱਚ ਜਿਹੜਾ ਹੈਗਾ 2 ਸੈਕਟਰ ਨੇਗੇ, ਇੱਕ ਪ੍ਰਾਈਵੇਟ ਸੈਕਟਰ ਹੈ
ਜਿਹੜਾ ਬੰਦੇ ਨੇ ਕਰ ਲੈਣਾ। ਇੱਕ ਜਿਹੜਾ ਜਿਹੜਾ ਗੌਰਮੈਂਟ ਦਾ ਸੈਕਟਰ ਹੈਗਾ, ਪ੍ਰਾਈਵੇਟ ਸੈਕਟਰ ਦੇ ਵਿੱਚ ਤਾਂ ਤੁਸੀਂ ਇਹੀ ਕਰ ਸਕਦੇ ਹੋ, ਜਿਹੜੀ ਇਸ ਵੇਲੇ ਹੈ ਘਰਾਂ ਦੀ ਕੀਮਤ ਨੂੰ ਕਿਸੇ ਹੱਦ ਤੱਕ ਜਿਹੜਾ ਰੋਕ ਕੇ ਆਮ ਲੋਕਾਂ ਦੀ ਜਿਹੜੀ ਅਫੋਰਡੇਬਿਲਿਟੀ 'ਚ ਲਿਆਉਂਦੇ ਜਾਣ, ਉਹਦੇ 'ਚ ਸੂਬਾ ਸਰਕਾਰ ਵੀ ਲੱਗੀ ਹੋਈ ਹੈ, ਉਹਦੇ 'ਚ ਜਿਹੜੀ ਫੈਡਰਲ ਗੌਰਮੈਂਟ ਨੇ ਵੀ ਜਿਹੜਾ ਸਟ੍ਰੈਸ ਟੈਸਟ ਲਾਇਆ ਹੋਇਆ, ਅਤੇ ਉਹਦਾ ਇੰਪੈਕਟ ਵੀ ਇਸ ਵੇਲੇ ਹੈਗਾ। ਇਸ ਵੇਲੇ ਜਿਹੜੀ ਮਾਰਕੀਟ ਹੈ ਥੋੜ੍ਹੀ ਸਲੋ ਡਾਊਨ ਹੋਈ ਹੈ, ਖਾਸ ਕਰਕੇ ਜਿਹੜੇ ਡਿਟੈਚਡ ਹੋਮ ਨੇ ਉਹ ਸਲੋ ਡਾਊਨ ਹੋਇਆ, ਉਹਦੇ ਨਾਲ ਜਦੋਂ ਕੀਮਤ ਘੜੂਗੀ ਮੈਂ ਸਮਝਦਾ ਵੀ ਕਿਰਾਇਆ ਵੀ ਥੋੜ੍ਹਾ ਥੱਲੇ ਆਊਗਾ। ਇਹਦੇ ਨਾਲ ਨਾਲ ਜਿਹੜੀ ਆਪਣੇ ਮੁਲਕਾਂ ਦੇ ਵਿੱਚ ਆਪਾਂ ਸਰਕਾਰੀ ਘਰ ਕਹਿੰਦੇ ਹਾਂ, ਇੱਥੇ ਬੀ ਸੀ ਹਾਊਸਿੰਗ ਆਪਾਂ ਕਹਿ ਦਿੰਦੇ ਹਾਂ, ਇੱਕ ਇਹ ਵੀ ਮਿਸਅੰਡਰਸਟੈਂਡਿੰਗ ਆ ਬਹੁਤ ਸਾਰੇ ਲੋਕਾਂ ਦੇ ਵਿੱਚ, ਜਿਹੜਾ ਬੀ ਸੀ ਹਾਊਸਿੰਗ ਹੈ ਵੀ ਉਹ ਸਿਰਫ ਸ਼ਾਇਦ ਬੇਘਰੇ ਲੋਕਾਂ ਵਾਸਤੇ ਅਤੇ ਜਿਹੜੇ ਵੈਲਫੇਅਰ ਦੇ ਲੋਕਾਂ ਵਾਸਤੇ ਹੈ। ਦੀ ਆਂਸਰ ਇਜ਼ ਨੋ। ਇਹ ਜਿਵੇਂ ਸਾਡੇ ਸਰਕਾਰੀ ਘਰ ਨੇ, ਆਪਣੇ ਸਰਕਾਰੀ ਘਰਾਂ ਦੇ ਵਿੱਚ ਉੱਥੇ ਡੀ ਸੀ ਵੀ ਰਹਿੰਦਾ, ਸਰਕਾਰੀ ਘਰਾਂ ਦੇ ਵਿੱਚ ਉੱਥੇ ਡੀ ਐੱਸ ਪੀ ਵੀ ਰਹਿੰਦਾ, ਉੱਥੇ ਐੱਸ ਪੀ ਵੀ ਰਹਿੰਦਾ, ਉੱਥੇ ਸਾਰੇ ਮੁਲਾਜ਼ਮਤ ਰਹਿੰਦੇ ਆ। ਇੱਥੇ ਵੀ ਜਿਹੜਾ ਬੀ ਸੀ ਹਾਊਸਿੰਗ ਆ ਉਹਦੇ 'ਚ ਵੱਡੀ ਗਿਣਤੀ ਲੋਕ ਜਿਹੜੇ ਵਰਕਿੰਗ ਫੈਮਿਲੀ ਰਹਿੰਦੇ ਆ, ਲੇਕਿਨ ਉਹ ਆਪ ਅਫੋਰਡ ਨਹੀਂ ਕਰਦੇ। ਪਰ ਉਹਦੇ ਵਿੱਚ ਪਰ ਇਹਦੇ ਵਿੱਚ ਵੀ ਤਾਂ ਆਪਸ਼ਨਸ ਰੱਖੀਆਂ ਗਈਆਂ ਨੇ ਕਿ ਜਿਹੜੀ ਪਹਿਲ ਹੈ ਉਹ ਉਹਨਾਂ ਲੋਕਾਂ ਨੂੰ ਮਿਲੇਗੀ ਜਿਹੜੇ ਜਾਂ ਤਾਂ ਸੀਨੀਅਰ ਹੋਣ, ਉਹ ਠੀਕ ਹੈ ਉਹ ਕਮਾ ਨਹੀਂ ਸਕਦੇ ਹੈਗੇ, ਉਹ ਜੋਬ ਨਹੀਂ ਕਰਦੇ ਹੈਗੇ, ਉਹਨਾਂ ਨੂੰ ਮਿਲੇਗੇ ਘਰ ਮਿਲਣਗੇ ਪਹਿਲਾਂ, ਜਾਂ ਫਿਰ ਉਹਨਾਂ ਨੂੰ ਜਿਹਨਾਂ ਦੀ ਇਨਕਮ ਬਹੁਤ ਜ਼ਿਆਦਾ ਲੋਅ ਹੈ। ਜਿਹੜੇ ਲੋਅ ਇਨਕਮ ਲੋਕਾਂ ਨੂੰ ਪਹਿਲ ਹੈਗੀ ਹੈ, ਕਿਉਂਕਿ ਉਹਦੇ 'ਚ ਉਹਨਾਂ ਨੂੰ ਬਾਹਰ ਪ੍ਰਾਈਵੇਟ ਜਿਹੜੀ ਮਾਰਕੀਟ ਦੇ ਵਿੱਚ ਉਹ ਲੈ ਨਹੀਂ ਸਕਦੇ ਜਾ ਕੇ, ਪਰ ਉਹ ਵਰਕਿੰਗ ਪੀਪਲ ਨੇਗੇ। ਉਹ ਇੱਕ ਤਾਂ ਉਹ ਕੈਟਾਗਰੀ ਜਿਹੜੇ ਵਰਕਿੰਗ, ਜਿਹੜੀ ਵੱਡੀ ਗਿਣਤੀ ਜਿਹੜੇ ਲੋਕ ਨੇਗੇ ਉਹਦੇ 'ਚ ਉਹ ਵਰਕਿੰਗ ਲੋਕ ਨੇਗੇ ਜਿਹੜੇ ਬੀ ਸੀ ਹਾਊਸਿੰਗ ਦੇ ਵਿੱਚ ਰਹਿੰਦੇ ਆ। ਹਾਂ, ਬੀ ਸੀ ਹਾਊਸਿੰਗ ਦੇ ਵਿੱਚ ਇੱਕ ਹੋਰ ਵੀ ਜਿਹੜਾ ਤੁਸੀਂ ਗੱਲ ਕੀਤੀ ਹੈ, ਜਿਹੜੇ ਸੀਨੀਅਰਸ ਨੇ ਰਿਟਾਇਰ ਹੋ ਚੁੱਕੇ ਆ ਪਰ ਇੰਡੀਪੈਂਡੈਂਟ ਨੇ, ਉਹਨਾਂ ਵਾਸਤੇ ਵੀ ਬੀ ਸੀ ਹਾਊਸਿੰਗ ਜਿਹੜੀ ਹੈਗੀ ਬਹੁਤ ਸਾਰੇ ਅਵੇਲੇਬਲ ਹੈਗੇ, ਆਪਣੇ ਪਿਕਸ ਨੇ ਆਪਣੀ ਇੱਕ ਔਰਗਨਾਈਜੇਸ਼ਨ ਨੇ ਬਣਾਏ ਹੋਏ ਆ। ਫਿਰ ਉਹਦੇ 'ਚ ਉਹ ਵੀ ਹੈਗੇ ਜਿਹੜੇ ਬੰਦੇ ਇੰਡੀਪੈਂਡੈਂਟ ਨਹੀਂ ਗੇ, ਸੀਨੀਅਰ ਨੇ, ਉਹਨਾਂ ਨੂੰ ਲੋੜ ਹੈ ਵਾਰ ਵਾਰ ਦਵਾ ਲੈਣ ਦੀ, ਭੁੱਲ ਜਾਂਦੇ ਆ ਵਗੈਰਾ ਵਗੈਰਾ, ਖਾਣਾ ਨਹੀਂ ਬਣਾ ਸਕਦੇ ਆਪਣਾ, ਉਹਨਾਂ ਨੂੰ ਜਿਹੜਾ ਉਹ ਡਿਪੈਂਡੈਂਟ ਲਿਵਿੰਗ ਜਿਹੜੀ ਹੈਗੀ ਹੈ ਉਹਨਾਂ ਨੂੰ ਅਸਿਸਟੈਂਟ ਲਿਵਿੰਗ ਅਸੀਂ ਕਹਿੰਦੇ ਹਾਂ, ਉਹਨਾਂ ਵਾਸਤੇ ਵੀ ਵੱਖਰੇ ਘਰ ਹੈਗੇ ਆ ਜਿਹੜੇ ਉੱਥੇ ਉਹਨਾਂ ਦੀ ਕੇਅਰ ਕੀਤੀ ਜਾਂਦੀ, ਉੱਥੇ ਨਰਸਾਂ ਵੀ ਨੇ, ਉੱਥੇ ਖਾਣਾ ਵੀ ਬਣਦਾ। ਪਰ ਇਹਦੇ ਨਾਲ ਨਾਲ ਹੁਣ ਜਿਹੜਾ ਅਸੀਂ ਨਵਾਂ ਕੰਮ ਇੱਕ ਹੋਰ ਸ਼ੁਰੂ ਕੀਤਾ ਉਹ ਹੈਗਾ ਜਿਹੜਾ ਬੇਘਰ ਲੋਕ ਨੇ। ਬੀ ਸੀ ਦੇ ਵਿੱਚ ਕੋਈ 10,000 ਦੇ ਕਰੀਬ ਅੱਜ ਬੇਘਰ ਲੋਕ ਨੇਗੇ, ਉਹਨਾਂ ਦੀਆਂ ਵੇਰੀਅਸ ਪ੍ਰੋਬਲਮ ਨੇ, ਮੈਂਟਲ ਹੈਲਥ ਪ੍ਰੋਬਲਮ ਨੇ, ਐਡਿਕਸ਼ਨਸ ਨੇਗੀਆਂ। ਉਹਨਾਂ ਨੂੰ ਮੇਨ ਸਟ੍ਰੀਮ ਮੁੱਖ ਧਾਰਾ 'ਚ ਲਿਆਉਣ ਦਾ ਜਿਹੜਾ ਸਭ ਤੋਂ ਪਹਿਲਾ ਕਦਮ ਇੱਕੋ ਹੀ ਹੈ, ਹੋਰ ਕੋਈ ਨਹੀਂ ਗਾ, ਉਹ ਹੈਗਾ ਕਿ ਉਹਨਾਂ ਨੂੰ ਕਮਰਾ ਦੇਣਾ। ਜੇ ਉਹਨਾਂ ਨੂੰ ਕਮਰਾ ਨਹੀਂ ਮਿਲਦਾ, ਉਹਨਾਂ ਨੂੰ ਜੋ ਮਰਜ਼ੀ ਦਵਾਈ ਦੇਈ ਜਾਓ, ਜੋ ਮਰਜ਼ੀ ਕੌਂਸਲਿੰਗ ਦੇਈ ਜਾਓ, ਜਦੋਂ ਉਹਨਾਂ ਨੇ ਰਾਤ ਨੂੰ ਬਾਹਰ ਜਾ ਕੇ ਸੌਣਾ, ਉਹਨਾਂ ਨੂੰ ਤੁਸੀਂ ਠੀਕ ਨਹੀਂ ਕਰ ਸਕਦੇ। ਉਹ ਸਾਡੀ ਸਰਕਾਰ ਨੇ ਉੱਦਮ ਕੀਤਾ, ਉਹਨੂੰ ਅਸੀਂ ਮਾਜੂਲਰ ਹੋਮ ਕਹਿੰਦੇ ਹਾਂ। ਉਹ ਲਗਾਤਾਰ ਸਰਕਾਰ ਬਣਨ ਤੋਂ ਬਾਅਦ ਤੁਰੰਤ ਆਪਣਾ ਸਰੀ ਦੇ ਵਿੱਚ 160 ਬਣ ਕੇ, ਅੱਜ ਤੋਂ ਕੋਈ ਮੇਰੇ ਖਿਆਲ 5 ਮਹੀਨੇ ਪਹਿਲਾਂ 160 ਬੰਦੇ ਮਾਰਕ ਆਪਣਾ ਬਾਹਰ ਸਟਰੀਟ ਤੋਂ ਚੱਕ ਕੇ ਜਿਹੜੇ ਬੇਘਰ ਸੀ ਉਹਨਾਂ ਵਿੱਚ ਟ੍ਰਾਂਸਫਰ ਕਰ ਦਿੱਤੇ ਗਏ ਆ। ਹੁਣ ਉਹਨਾਂ 'ਤੇ ਸੋਸ਼ਲ ਵਰਕਰ ਕੰਮ ਕਰ ਰਹੇ ਤਾਂ ਕਿ ਉਹਨਾਂ ਨੂੰ ਮੇਨ ਸਟ੍ਰੀਮ ਦੇ ਵਿੱਚ ਵਾਪਸ ਲਿਆਂਦਾ ਜਾਵੇ। ਇਸੇ ਤਰੀਕੇ ਨਾਲ ਵੈਨਕੂਵਰ ਦੇ ਵਿੱਚ ਚੱਲ ਰਿਹਾ, ਉਹ ਇੱਕ ਵੱਖਰੀ ਸਟ੍ਰੀਮ ਜਿਹੜੀ ਉਹ ਕਰਾਉਂਦੀ ਹੈਗੀ। ਅਸੀਂ $8 billion ਜਿਹੜਾ ਹੈਗਾ ਬੀ ਸੀ ਹਾਊਸਿੰਗ ਦੇ ਵਿੱਚ ਜਿਹੜੇ ਨਵੇਂ ਘਰ ਪਾਉਣ ਵਾਸਤੇ, ਜਿਹੜੇ ਬੰਦੇ ਲੋਅ ਇਨਕਮ ਨੇ ਉਹਨਾਂ ਵਾਸਤੇ, ਬਜ਼ੁਰਗਾਂ ਵਾਸਤੇ, ਅਤੇ ਜਾਂ ਜਿਹੜੇ ਇਹ ਬੰਦੇ ਬੇਘਰ ਨੇ ਉਹਨਾਂ ਵਾਸਤੇ ਅਸੀਂ ਵਚਨਬੱਧਤਾ ਕੀਤੀ ਹੈ, ਔਰ ਉਹ ਬੜੀ ਤੇਜ਼ੀ ਦੇ ਨਾਲ ਕੰਮ ਉਹ ਚੱਲ ਰਿਹਾ। ਬੀ ਸੀ ਸਰਕਾਰ ਦਾ ਜਿਹੜਾ ਲਾਅ ਦੇ ਮੁਤਾਬਕ ਇਸ ਵੇਲੇ ਜਿਹੜਾ ਅਸੀਂ ਲਾਅ ਪਾਸ ਕੀਤਾ, ਜਿਹੜਾ ਰੂਲ ਪਾਸ ਕੀਤਾ, ਉਹਦੇ ਮੁਤਾਬਕ 2% ਜਿਹੜਾ ਕਿਰਾਇਆ ਵਧਾਇਆ ਜਾ ਸਕਦਾ, ਲੀਗਲੀ 2% ਤੋਂ ਵੱਧ ਕਿਰਾਇਆ ਨਹੀਂ ਵਧਾਇਆ ਜਾ ਸਕਦਾ। ਉਹ ਪਾਵਰ ਦਿੱਤੀ ਅਸੀਂ ਉਹਨੂੰ ਜਿਹੜਾ ਲੈਂਡਲੋਰਡ ਨੂੰ, ਇੱਕ ਤਾਂ ਇਹ ਹੈਗਾ। ਉਹਦੇ ਨਾਲ ਨਾਲ ਜਿਹੜਾ ਹੈਗਾ ਉਹਨਾਂ ਨੂੰ ਅਸੀਂ ਇੱਕ ਪ੍ਰੋਗਰਾਮ 'ਤੇ ਕੰਮ ਕਰ ਰਹੇ ਹਾਂ, ਜਿਹੜੀ ਰੈਂਟਲ ਅਸਿਸਟੈਂਸ ਜਿਹੜੀ ਇਸ ਵੇਲੇ ਬਹੁਤ ਸਾਰੇ ਲੋਕਾਂ ਨੂੰ ਮਿਲ ਵੀ ਰਹੀ ਹੈ, ਪਰ ਉਹਨੂੰ ਅਸੀਂ ਐਕਸਪੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕਿਉਂਕਿ ਇਹ ਬੜੀ ਇੰਟਰਸਟਿੰਗ ਗੱਲ ਹੈ ਇੱਥੇ ਕਿ ਇੱਥੇ ਜਿਹੜਾ ਘਰ ਦਾ ਮਾਲਕ ਹੈ ਉਹਨੂੰ ਘਰ ਦੀ ਗ੍ਰਾਂਟ ਮਿਲ ਰਹੀ ਹੈ ਸਰਟਨ ਜਿਹੜੇ ਉਹਦੀ ਕੀਮਤ ਤੋਂ ਥੱਲੇ, ਇਸ ਵੇਲੇ 5-7 lakh ਹੈ ਕਿ ਉਦੋਂ ਮੇਰੇ ਐਗਜੈਕਟਲੀ ਯਾਦ ਨਹੀਂ ਹੈ, ਸੋ ਉਹਨੂੰ ਗ੍ਰਾਂਟ ਮਿਲਦੀ ਹੈ। ਲੇਕਿਨ ਜਿਹੜਾ ਰੈਂਟ ਕਰਨ ਵਾਲਾ ਬੰਦਾ ਉਹ ਵੀ ਵਰਕ ਕਰਦਾ, ਉਹ ਸਵੇਰੇ ਉੱਠ ਕੇ ਆਪਣੇ ਬੱਚਿਆਂ ਨੂੰ ਡੇ ਕੇਅਰ ਛੱਡਦਾ, ਜਾ ਕੇ ਕੰਮ ਕਰਦਾ, ਔਰਤ ਹੈ, ਸਿੰਗਲ ਮਦਰ ਹੈ, ਸਕੂਲ 'ਚ ਜਾਂਦੀ ਜਾਂ ਕਿਤੇ ਹੋਰ ਕੰਮ ਕਰਦੀ ਹੈ, ਨਰਸ ਹੈ, ਉਹਨੂੰ ਕੋਈ ਸਹਾਰਾ ਨਹੀਂ ਹੈ। ਸੋ ਉਹਦੇ ਵਾਸਤੇ ਵੀ ਅਸੀਂ ਜਿਹੜੀ ਸਾਡੀ ਪਾਰਟੀ, ਕਿਉਂਕਿ ਅਸੀਂ ਜਦੋਂ ਚੋਣ ਲੜੇ ਹਾਂ ਅਸੀਂ ਉਹਦੇ 'ਚ ਇੱਕ ਗੱਲ ਇਹ ਕਹੀ ਹੈ ਕਿ ਅਸੀਂ ਲੋਕਾਂ ਦੀ ਜ਼ਿੰਦਗੀ ਨੂੰ ਅਫੋਰਡੇਬਲ ਬਣਾਉਣਾ। ਉਹਦੇ 'ਚ ਅਸੀਂ ਮਿਸਾਲ ਦੇ ਤੌਰ ਦੇ ਉੱਤੇ ਟੋਲ ਚੱਕ ਕੇ ਜਿਹੜੇ ਟੋਲ ਅਸੀਂ ਉਠਾ ਦਿੱਤੇ ਗਏ, ਜਿਹਦੇ ਨਾਲ ਆਮ ਫੈਮਿਲੀ ਨੂੰ, ਆਮ ਵਿਅਕਤੀ ਨੂੰ $1600 ਦਾ ਫਾਇਦਾ ਹੋ ਸਕਦਾ, ਜਿਹੜਾ ਹਰ ਰੋਜ਼ ਪਰਲੇ ਪਾਸੇ ਕੰਮ ਕਰਨ ਜਾਂਦਾ ਸੀਗਾ। MSP ਹੈ ਉਹ ਅਸੀਂ ਅੱਧੀ ਐਲੀਮੀਨੇਟ ਕਰ ਚੁੱਕੇ ਹਾਂ, ਜਿਹੜੀ ਅੱਧੀ ਅਗਲੇ ਸਾਲ 1 January ਨੂੰ ਹੋ ਜਾਣੀ ਹੈ, ਜਿਹਦੇ ਨਾਲ ਇੱਕ ਪਰਿਵਾਰ ਨੂੰ $1800 ਤੱਕ ਦਾ ਫਾਇਦਾ ਜਿਹੜਾ ਹੋ ਸਕਦਾ। ਇਸੇ ਤਰੀਕੇ ਨਾਲ ਚਾਇਲਡ ਕੇਅਰ ਹੈ, ਚਾਇਲਡ ਕੇਅਰ 'ਚ ਮਾਝੀ ਕਿਸੇ ਨੂੰ ਇੱਥੇ ਮੇਰੇ ਕੋਲ ਆਇਆ ਸੀ, ਉਹਨੂੰ ਮਿਲਿਆ ਸੀਗਾ, ਉਹ ਕਹਿੰਦੇ ਵੀ ਜਿਹੜੀ ਪਹਿਲਾਂ ਇੱਕ ਪਰਿਵਾਰ ਨੂੰ $800 ਫੀਸ ਦੇਣੀ ਪੈਂਦੀ ਸੀਗੀ,
ਬੱਚੇ ਨੂੰ ਉੱਥੇ ਛੱਡਣ ਵਾਸਤੇ ਜਿਹੜੇ ਐਲੀਜੀਬਲ ਨੇਗੇ, ਹੁਣ ਉਹਨਾਂ ਨੂੰ ਕੋਈ ਉਹਦੇ 50% ਜਿਹੜੀ ਹੈ ਅਸੀਂ ਸਹੂਲਤ ਦੇ ਰਹੇ ਹਾਂ ਤਾਂ ਕਿ ਉਹਨਾਂ ਦੀ ਜ਼ਿੰਦਗੀ ਅਫੋਰਡੇਬਲ ਹੋ ਸਕੇ। ਇਸੇ ਤਰੀਕੇ ਨਾਲ ਜਿਹੜੇ ਰੈਂਟ ਵਾਲੇ ਬੰਦੇ ਤੁਸੀਂ ਗੱਲ ਕਰਦੇ ਹਾਂ, ਉਹਨਾਂ ਨੂੰ ਵੀ ਅਸੀਂ ਰੈਂਟਲ ਪ੍ਰੋਗਰਾਮ ਜਿਹੜਾ ਕੀਤਾ ਸੀ ਉੱਥੇ ਵਰਕ ਕਰ ਰਹੇ ਹਾਂ ਤਾਂ ਕਿ ਅਸੀਂ ਉਹਨਾਂ ਦੀ ਮਦਦ ਕਰ ਸਕੀਏ, ਉਹਨਾਂ ਦੀ ਜ਼ਿੰਦਗੀ ਵੀ ਸੌਖੀ ਕਰ ਸਕੀਏ। ਅਸੀਂ ਹੁਣ ਦੋ ਕੰਮ ਕਰ ਰਹੇ ਹਾਂ ਕਿ 16 ਸਾਲਾਂ ਦਾ ਜਿਹੜਾ ਗੈਪ ਹੈ, ਚਾਹੇ ਉਹ ਹੈਲਥ ਕੇਅਰ ਦਾ, ਚਾਹੇ ਉਹ ਐਜੂਕੇਸ਼ਨ ਦਾ, ਚਾਹੇ ਉਹ ਹਾਊਸਿੰਗ ਦਾ, ਉਹਨੂੰ ਫਿੱਲ ਕਰਨ ਵਾਸਤੇ ਅਸੀਂ ਬੜਾ ਕੁਛ ਕਰ ਰਹੇ। ਜਿਵੇਂ ਤੁਹਾਨੂੰ ਪਹਿਲਾਂ ਮੈਂ ਗੱਲ ਕੀਤੀ ਹੈ ਕਿ ਟੋਲ ਨੂੰ ਛੱਡ ਦੇਣਾ, MSP ਨੂੰ ਲੋਕਾਂ ਦੇ ਸਿਰੋਂ ਲਾਹ ਦੇਣਾ, ਇਹ $6 ਬਿਲੀਅਨ ਦਾ ਖਰਚਾ ਜਿਹੜਾ ਅਸੀਂ ਖਜ਼ਾਨੇ 'ਚੋਂ ਪਾਸੇ ਕੀਤਾ, ਇਹ ਬੜਾ ਵੱਡਾ ਖਰਚਾ ਹੈ ਜਿਹੜਾ ਸਰਕਾਰ ਨੇ ਕਰਕੇ, ਇਹਦੇ ਬਾਵਜੂਦ ਵੀ ਸਰਕਾਰ ਜਿਹੜਾ ਬਜਟ ਬੈਲੈਂਸ ਉਹ ਕਰ ਰਹੀ ਹੈ। ਸੋ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇੱਕ ਇੱਕ ਕਰਕੇ। ਇਸੇ ਤਰੀਕੇ ਨਾਲ ਜਦੋਂ ਤੁਸੀਂ ਨਵੇਂ ਟੀਚਰ ਭਰਤੀ ਕਰਨੇ, ਉਹ ਵੀ ਖਰਚਾ, ਜਦੋਂ ਤੁਸੀਂ ਨਵੀਆਂ ਨਰਸਾਂ ਲੈ ਕੇ ਆਉਣੀ ਉਹ ਵੀ ਖਰਚਾ, ਜਦੋਂ ਤੁਸੀਂ ਟੈਨਸੀ ਬ੍ਰਾਂਚ ਦੇ ਵਿੱਚ ਨਵੇਂ ਬੰਦੇ ਲੈ ਕੇ ਆਉਣੇ ਉਹ ਵੀ ਖਰਚਾ ਹੈ। ਸੋ ਇਸ ਕਰਕੇ ਅਸੀਂ ਇੱਕ ਬੈਲੈਂਸ ਅਪਰੋਚ ਬਣਾ ਕੇ ਚੱਲ ਰਹੇ ਹਾਂ ਤਾਂ ਕਿ ਬਜਟ ਨੂੰ ਬੈਲੈਂਸ ਵੀ ਰੱਖਿਆ ਜਾ ਸਕੇ, ਜਿਹੜੀਆਂ ਸਰਵਿਸਿਜ਼ ਹੈਗੀਆਂ ਉਹਨਾਂ ਨੂੰ ਇੰਪਰੂਵ ਕੀਤਾ ਜਾ ਸਕੇ ਜਿਹੜੇ 'ਤੇ ਲੋਕ ਡਿਪੈਂਡੈਂਟ ਹੈਗੇ ਆ। ਇਹਦੇ ਬਾਰੇ ਬਿਲਕੁਲ ਤੁਹਾਡੀ ਗੱਲ ਠੀਕ ਹੈ, ਉਨੀ ਜਾਣਕਾਰੀ ਨਹੀਂ ਹੈ ਜਿੰਨੀ ਜਾਣਕਾਰੀ ਹੋਣੀ ਚਾਹੀਦੀ ਹੈ। ਦੋਨੇ ਤਰ੍ਹਾਂ ਨੂੰ ਹੈ ਨੇ, ਜਿਹੜਾ ਰੈਂਟ ਕਰਨ ਵਾਲੇ ਨੂੰ ਵੀ ਹੈ ਨੇ ਗੀ, ਜਿਹੜਾ ਰੈਂਟ 'ਤੇ ਦੇਣ ਵਾਲਾ ਜਿਹੜਾ ਲੈਂਡਲੋਰਡ ਹੈ ਉਹਨੂੰ ਵੀ ਪੂਰੀ ਜਾਣਕਾਰੀ ਨਹੀਂ ਹੈ। ਕਿਉਂਕਿ ਮੈਂ ਇੱਥੇ ਉਹਨਾਂ ਨਾਲ ਮੀਟਿੰਗ ਕੀਤੀ, ਜਿਹੜੇ ਲੈਂਡ ਓਨਰ ਹੈਗੇ ਆ ਉਹਨਾਂ ਦੀ ਐਸੋਸੀਏਸ਼ਨ ਦੇ ਮੈਂਬਰਾਂ ਦੇ ਨਾਲ, ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਵੀ ਜਿਹੜੀ ਵੱਡੀ ਪ੍ਰੋਬਲਮ ਸਾਨੂੰ ਇਹ ਆ ਰਹੀ ਵੀ ਜਦੋਂ ਕੋਈ ਬੰਦਾ ਰੈਂਟ 'ਤੇ ਘਰ ਦਿੰਦਾ, ਉਹ ਇਹ ਗੱਲ ਉਹਨੂੰ ਸਮਝ ਲੈਣੀ ਚਾਹੀਦੀ ਕਿ ਉਹ ਬਿਜ਼ਨਸ ਪਰਸਨ ਬਣ ਗਿਆ ਉਹਦੇ, ਉਹਨੂੰ ਬਿਜ਼ਨਸ ਪਰਸਨ ਵਾਲੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ। ਮਿਸਾਲ ਦੇ ਤੌਰ ਦੇ ਉੱਤੇ ਜੇ ਤੁਸੀਂ ਰੈਂਟ ਦੇਣਾ, ਉਹਦਾ ਤੁਸੀਂ ਪਿੱਛੋਂ ਜਿਹੜਾ ਉਹਦਾ ਰੈਫਰੈਂਸ ਚੈੱਕ ਕਰਨਾ ਪਊਗਾ, ਤੁਹਾਨੂੰ ਉਹਦੀ ਮੁਕੰਮਲ ਇਨਫੋਰਮੇਸ਼ਨ ਲੈਣੀ ਪਊਗੀ, ਉਹ ਕੌਣ ਹੈ, ਕਿੱਥੇ ਕੰਮ ਕਰਦਾ, ਸਾਰੇ ਉਹ ਤੁਹਾਡਾ ਜ਼ਿੰਮੇਵਾਰੀ ਹੈ। ਜੇ ਤੁਸੀਂ ਉਹ ਜ਼ਿੰਮੇਵਾਰੀ ਨਾ ਲਓ, ਤੁਸੀਂ ਕੋਈ ਵਿਅਕਤੀ ਜਿਹੜਾ ਤੁਹਾਡੇ ਕੋਲ ਆ ਗਿਆ ਜਿਹੜਾ ਖਰਾਬ ਕਰਨ ਵਾਲਾ, ਫਿਰ ਤੁਸੀਂ ਪ੍ਰੋਬਲਮ 'ਚੋਂ ਫਿਰ ਉਹਦੇ 'ਤੇ ਉਹਦੇ ਫਿਰ ਉਹਦੇ ਰਾਈਟਸ ਨੇ ਰਾਈਟ ਲਾਗੂ ਹੋ ਜਾਂਦੇ। ਸੋ ਇਸ ਕਰਕੇ ਇਹ ਦੋਨੇ ਪਾਸੇ ਜਿਹੜਾ ਕੰਮ ਹੋਣ ਦੀ ਲੋੜ ਹੈਗੀ ਹੈ, ਪਰ ਉਹਨਾਂ ਦੇ ਹੱਕ ਜਿਹੜਾ ਤੁਸੀਂ ਗੱਲ ਕੀਤੀ ਹੱਕ ਉਹਨਾਂ ਦੇ ਹੈਗੇ। ਜਿਵੇਂ ਤੁਸੀਂ ਕਿਹਾ ਬਿਲਕੁਲ, ਸਰਕਾਰ ਦੇ ਵੱਲੋਂ ਜੇਕਰ ਇੰਨਾ ਪੈਸਾ ਖਰਚਿਆ ਗਿਆ ਤਾਂ ਟੈਕਸਾਂ ਵਿੱਚ ਵੀ ਕਈ ਜਗ੍ਹਾ 'ਤੇ ਜਿਹੜੇ ਕਈ ਅਦਾਰਿਆਂ ਵਿੱਚ ਵਾਧਾ ਕੀਤਾ ਗਿਆ। ਹਾਊਸਿੰਗ ਦੀ ਜੇ ਗੱਲ ਕਰਦੇ ਹਾਂ, ਜਿਹੜੇ ਖਾਲੀ ਘਰਾਂ 'ਤੇ ਲੈ ਕੇ ਟੈਕਸ, ਇੱਕ ਨਵਾਂ ਟੈਕਸ ਜਿਹੜਾ ਉਹ ਲਗਾਇਆ ਗਿਆ, ਉਸ ਦੇ ਨਾਲ ਵੀ ਕਈ ਲੋਕ ਇਫੈਕਟ ਹੋ ਰਹੇ ਨੇ। ਹਾਂਜੀ, ਮੈਂ ਗੱਲ ਬੜੀ ਸਪਸ਼ਟ ਕਰਨੀ ਚਾਹੁੰਦਾ ਤੁਹਾਡੇ ਦਰਸ਼ਕਾਂ ਨੂੰ ਕਿ ਟੈਕਸ ਹੁਣ ਜਿਹੜੇ ਪੇ ਕਰ ਰਹੇ ਵੱਧ, ਉਹ ਟੌਪ 2% ਲੋਕ ਨੇਗੇ, ਜਿਨ੍ਹਾਂ ਨੂੰ 16 ਸਾਲ, ਇੱਕ ਤੋਂ ਬਾਅਦ ਦੋ, ਦੂਜੇ ਤੋਂ ਬਾਅਦ ਤੀਜਾ, ਤੀਜੇ ਤੋਂ ਬਾਅਦ ਚੌਥਾ ਟੈਕਸ ਬ੍ਰੇਕਾਂ ਲਿਬਰਲ ਸਰਕਾਰ ਨੇ ਦਿੱਤੀਆਂ ਅਤੇ ਆਮ ਲੋਕਾਂ ਦੀ ਜੇਬ 'ਚੋਂ ਪੈਸੇ ਕੱਢੇ ਆ। ਮਿਸਾਲ ਦੇ ਤੌਰ ਦੇ ਉੱਤੇ ਹੁਣ ਟੈਕਸ ਜਿਹੜਾ 16% ਸੀਗਾ ਕਾਰਪੋਰੇਟ ਟੈਕਸ, ਜਦੋਂ ਲਿਬਰਲ ਸਰਕਾਰ ਨੇ ਟੇਕ ਓਵਰ ਕੀਤਾ, ਜਿਹਦੇ ਛੱਡਿਆ 10% ਰਹਿ ਗਿਆ ਸੀ, ਉਹ 40% ਟੈਕਸ ਉਹਨਾਂ ਦਾ ਬਗੈਰ ਉਹਨਾਂ ਦੇ ਕਹੇ ਤੋਂ ਉਹਨਾਂ ਨੂੰ ਛੱਡਤਾ ਸੀ, ਜਿਹੜਾ ਕੋਈ $2.5-3 ਬਿਲੀਅਨ ਪਰ ਈਅਰ ਬਣਦਾ। ਆਮ ਲੋਕਾਂ ਨੂੰ ਕੀ ਕੀਤਾ, MSP ਡਬਲ ਕਰਤੀ, BC ਹਾਈਡਰੋ ਦੇ ਰੇਟ ਵਧਾ ਤੇ $419 ਦੇ ਕਰੀਬ 3 ਸਾਲਾਂ ਦੇ ਵਿੱਚ। ਬੱਚਿਆਂ ਦੀਆਂ ਟਿਊਸ਼ਨਾਂ 3 ਗੁਣੇ ਕਰ ਦਿੱਤੀਆਂ ਗਈਆਂ। ਬਜ਼ੁਰਗਾਂ ਦੀਆਂ ਜਿਹੜੀਆਂ ਮੈਡੀਸਨ ਸੀ ਉਹ ਜਿਹੜੀਆਂ ਡਿਡਕਟੀਬਲ ਸੀ ਉਹ ਵਧਾ ਦਿੱਤੇ ਗਏ। ਹਰ ਇੱਕ ਬੰਦੇ ਜੇਬ 'ਚੋਂ ਪੈਸੇ ਕੱਢ ਕੇ ਅਮੀਰਾਂ ਨੂੰ ਪੈਸੇ ਦਿੱਤੇ ਆ। ਅਸੀਂ ਕੀ ਕਰ ਰਹੇ ਹਾਂ, ਅਸੀਂ ਉਹ ਅਮੀਰ ਜਿਹੜੇ 2% ਅਮੀਰ ਆ ਜਿਹੜੇ ਅਫੋਰਡ ਕਰਦੇ ਆ, ਅਸੀਂ ਵੀ ਉਹਨਾਂ ਦਾ ਕੋਈ ਗੱਲ ਨਹੀਂ ਘੁੱਟ ਰਹੇ, ਅਸੀਂ ਉਹਨਾਂ ਨੂੰ ਉਹਨਾਂ ਦਾ ਸ਼ੇਅਰ ਦੇਣ ਵਾਸਤੇ ਹੀ ਕਹਿ ਰਹੇ ਹਾਂ। ਅੱਜ ਵੀ BC ਦੇ ਵਿੱਚ ਜਿਹੜਾ ਉਹ 2% ਲੋਕਾਂ ਦਾ ਜਿਹੜਾ ਟੈਕਸ ਹੈਗਾ ਜਿਹੜਾ ਕਾਰਪੋਰੇਸ਼ਨ ਦਾ, ਉਹ ਸਾਰੇ ਮੁਲਕ ਨਾਲੋਂ ਘੱਟ ਆ। ਹਾਂਜੀ, ਉਹ ਘੱਟ ਆ। ਇਸ ਕਰਕੇ ਜਿਹੜਾ ਤੁਸੀਂ ਹਾਊਸਿੰਗ ਦੀ ਗੱਲ ਕੀਤੀ ਹੈ, ਉਹਦੇ 'ਚ ਜਿਹੜਾ ਸਪੈਕੂਲੇਸ਼ਨ ਟੈਕਸ ਦੀ ਤੁਸੀਂ ਗੱਲ ਕਰਦੇ ਹੋ, ਵੱਡੇ ਘਰਾਂ 'ਤੇ ਜਿਹੜਾ 3 ਮਿਲੀਅਨ ਤੋਂ ਉੱਪਰ ਖਾਲੀ ਘਰਾਂ 'ਤੇ ਜਿਹੜਾ ਟੈਕਸ ਲੱਗਿਆ, ਅੱਜ BC ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਆਮ ਜਿਹੜਾ ਬੰਦਾ ਹੈ, ਕੰਮ ਕਰਨ ਵਾਲਾ ਬੰਦਾ, ਉਹ ਘਰ ਭਾਲਦਾ ਫਿਰਦਾ, ਉਹਨੂੰ ਘਰ ਮਿਲਦਾ ਨੀਗਾ, ਉਹ ਇੱਥੇ ਕੰਮ ਕਰ ਰਿਹਾ, ਇੱਥੇ ਪ੍ਰੋਡਿਊਸ ਕਰ ਰਿਹਾ, ਇਸ ਸੁਸਾਇਟੀ ਨੂੰ ਚੰਗਾ ਬਣਾਉਣ ਵਾਸਤੇ ਕੰਮ ਕਰ ਰਿਹਾ। ਲੇਕਿਨ ਦੂਜੇ ਪਾਸੇ ਇੱਕ ਬੰਦਾ 3 ਘਰ ਲੈ ਕੇ ਖਾਲੀ ਛੱਡੀ ਬੈਠਾ, ਅਸੀਂ ਉਹਨੂੰ ਕਹਿੰਦੇ ਹਾਂ ਵੀ ਘੱਟੋ ਘੱਟ ਤੂੰ ਇਹ ਘਰ ਕਿਰਾਏ 'ਤੇ ਦੇ ਦੇ, ਜੇ ਕਿਰਾਏ 'ਤੇ ਦੇ ਦੇਗਾ ਤੇਰੇ 'ਤੇ ਕੋਈ ਟੈਕਸ ਨਹੀਂ ਹੈਗਾ, ਜੇ ਖਾਲੀ ਰੱਖੀ ਬੈਠਾ ਤੇਰੇ ਕੋਲ ਇੰਨਾ ਧਨ ਹੈਗਾ ਵੀ ਤੂੰ ਖਾਲੀ ਰੱਖੀ ਬੈਠਾ ਹੈ, ਅਤੇ ਫਿਰ ਤੂੰ 2000 ਸਰਕਾਰ ਨੂੰ ਵੀ ਦੇ ਦੇ ਖਜ਼ਾਨੇ ਦੇ ਵਿੱਚ, ਜੇ ਤੇਰੇ ਕੋਲ ਇੰਨੇ ਜ਼ਿਆਦਾ ਪੈਸੇ ਆ। ਸੋ ਉਹਦੇ ਵਿੱਚ ਟੈਕਸ ਘੱਟ ਹੈ, ਲੇਕਿਨ ਲੋਕਾਂ ਨੂੰ ਇਹ ਅਸੀਂ ਜ਼ਰੂਰ ਫੋਰਸ ਕਰ ਰਹੇ ਹਾਂ ਕਿ ਉਹ ਕਿਰਾਏ 'ਤੇ ਲੋਕਾਂ ਨੂੰ ਦੇਣ ਜਿਹੜੇ ਲੋਕਾਂ ਨੂੰ ਮਕਾਨ ਉਹ ਚਾਹੀਦਾ। ਸੋ ਇਹ ਆਮ ਲੋਕਾਂ ਦੇ ਟੈਕਸ ਨਹੀਂ ਕੋਈ ਲੱਗ ਰਿਹਾ, 2% ਜਿਹੜੇ ਟੌਪ ਅਮੀਰ ਲੋਕ ਆ ਉਹਨਾਂ 'ਤੇ ਟੈਕਸ ਲੱਗ ਰਿਹਾ, ਜਾਂ ਜਿਹੜੇ ਤੁਸੀਂ ਘਰ ਖਾਲੀ ਪਏ ਉਹਨਾਂ 'ਤੇ ਲੱਗ ਰਿਹਾ, ਉਹ ਵੀ ਉਦੋਂ ਤੱਕ ਜਦੋਂ ਤੱਕ ਉਹ ਘਰ ਖਾਲੀ ਛੱਡਦੇ। ਜੇ ਉਹ ਘਰ 6 ਮਹੀਨੇ ਵਾਸਤੇ ਚੜ੍ਹਾਉਂਦੇ ਰੈਂਟ 'ਤੇ, ਫਿਰ ਉਹਨਾਂ 'ਤੇ ਕੋਈ ਟੈਕਸ ਨਹੀਂ ਹੈਗਾ। ਉੱਥੋਂ ਜਿਹੜਾ ਗੈਂਗ ਵਾਇਲੈਂਸ ਇੱਕ ਵੱਡਾ ਮੁੱਦਾ, ਉਹ 'ਤੇ ਕੀ ਕਹੋਗੇ ਤੁਸੀਂ? ਜਿਹੜਾ ਇਹ ਬੜਾ ਬੜਾ ਚਿੰਤਾਜਨਕ ਮੁੱਦਾ ਜੀ, ਇਹ ਨਵਾਂ ਨਹੀਂ ਹੈ, ਇਹ ਬਹੁਤ ਚਿਰ ਦਾ ਚੱਲਿਆ ਆ ਰਿਹਾ। ਮੇਰੇ ਖਿਆਲ ਦੇ ਵਿੱਚ ਕੋਈ ਆਲਮੋਸਟ ਹੁਣ 20-25 ਸਾਲ ਹੋ ਗਏ
ਇਹ ਚੱਲਿਆ ਆ ਰਿਹਾ ਲਗਾਤਾਰ ਅਤੇ ਇਹਦੇ 'ਚ ਸਮੇਂ ਸਮੇਂ ਜਿਹੜਾ ਆਭਾਰ ਆਉਂਦਾ ਹੈ, ਕਮਿਊਨਿਟੀ ਖੜ੍ਹੀ ਹੁੰਦੀ ਹੈ, ਕਮਿਊਨਿਟੀ ਲੜਦੀ ਹੈ, ਫਿਰ ਕੁਛ ਸਮਾਂ ਜਦੋਂ ਪੀਸ ਹੋ ਜਾਂਦੀ ਫਿਰ ਚੁੱਪ ਕਰ ਜਾਂਦਾ, ਇਸ ਤਰ੍ਹਾਂ ਦਾ ਹੈਗਾ। ਪਰ ਇਹਦੇ 'ਚ ਇਸ ਵੇਲੇ ਜਿਹੜਾ ਕੰਮ ਮੇਰੀ ਸਮਝ ਮੁਤਾਬਕ ਹੋ ਰਿਹਾ ਉਹਦੇ 'ਚ ਇਹ ਪਹਿਲੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਕਿ ਇਹਦਾ ਕੋਈ ਐਸਾ ਸੌਖਾ ਸਲੂਸ਼ਨ ਨਹੀਂ ਹੈ ਜਿਹੜਾ ਆਮ ਤੌਰ 'ਤੇ ਬਹੁਤ ਸਾਰੇ ਵਿਅਕਤੀ ਕਹਿ ਦਿੰਦੇ ਆ, ਕੁਛ ਲੋਕ, ਕਿ ਵੀ ਪੁਲਿਸ ਅਤੇ ਕਾਨੂੰਨ ਚੇਂਜ ਕਰ ਦਿਓ। ਕਾਨੂੰਨ ਫਿਲਪੀਨੋ ਲੋਕਾਂ ਵਾਸਤੇ ਵੀ ਉਹੀ ਨੇ, ਕਾਨੂੰਨ ਚੀਨੇ ਜਿਹੜੇ ਲੋਕ ਆ ਉਹਨਾਂ ਵਾਸਤੇ ਵੀ ਉਹੀ ਨੇ, ਕਾਨੂੰਨ ਗੋਰਿਆਂ ਵਾਸਤੇ ਵੀ ਉਹੀ ਨੇ, ਸਾਡੇ ਵਾਸਤੇ ਉਹੀ ਨੇ। ਹੁਣ ਰੌਲਾ ਇਹ ਹੈਗਾ ਵੀ ਇਹ ਕੰਪਲੈਕਸ ਜਿਹੜੀ ਪ੍ਰੋਬਲਮ ਹੈ, ਸਾਨੂੰ ਜਿੰਨੀ ਦੇਰ ਤੱਕ ਉਹਦੀ ਕੰਪਲੈਕਸਿਟੀਜ਼ ਨਹੀਂ ਸਮਝਦੇ ਉੰਨੀ ਦੇਰ ਤੱਕ ਉਹਦਾ ਹੱਲ ਲੱਭਣਾ ਔਖਾ ਹੁੰਦਾ। ਯੈਸ, ਪੁਲਿਸਿੰਗ ਦਾ ਇਸ਼ੂ ਹੈਗਾ ਹੈ, ਪੁਲਿਸਿੰਗ ਦਾ ਇਸ਼ੂ ਇੱਥੋਂ ਤੱਕ ਹੈ ਕਿ ਪੁਲਿਸ ਕੋਲ ਕੀ ਸਾਧਨ ਹੈਗੇ ਆ ਪ੍ਰੋਪਰ, ਕਿ ਜਿੱਥੇ ਘਟਨਾ ਵਾਪਰਦੀ ਹੈ ਉਹ ਬੰਦੇ ਨੂੰ ਫੜ ਕੇ, ਉਹਦਾ ਕੰਮ ਤਾਂ ਇਹ ਉਹਨੂੰ ਬੰਦੇ ਨੂੰ ਅਰੈਸਟ ਕਰਕੇ ਉਹਦੀ ਪ੍ਰੋਪਰ ਐਵੀਡੈਂਸ ਕਲੈਕਟ ਕਰਕੇ ਜੱਜ ਦੇ ਸਾਹਮਣੇ ਪੇਸ਼ ਕਰਨੀ ਹੈ ਕਿ ਉਹਨਾਂ ਕੋਲ ਸਾਧਨ ਹੈਗੇ ਆ, ਜੇ ਨਹੀਂ ਤਾਂ ਉਹ ਸਾਧਨ ਦੇਣ ਦੀ ਲੋੜ ਆ, ਉਹਨੂੰ ਹੋਰ ਪੁਲਿਸ ਅਫੀਸਰ ਦੇਣ ਦੀ ਲੋੜ ਆ, ਉਹਨਾਂ ਦਾ ਇੰਨਾ ਕੰਮ ਹੈ। ਕੀ ਸਾਡੇ ਕੋਲ ਇਨਫ ਜੱਜ ਹੈਗੇ ਕੋਰਟ ਦੇ ਵਿੱਚ ਤਾਂ ਕਿ ਸਮੇਂ ਸਿਰ ਉਹ ਕੇਸ ਨਿਬੜ ਜਾਵੇ, ਕਿਉਂਕਿ ਜੇ ਸਮੇਂ ਸਿਰ ਕੇਸ ਨਹੀਂ ਨਿਬੜਦਾ ਤਾਂ ਇੱਕ ਸੀਮਾ ਤੋਂ ਬਾਹਰ ਨਿਕਲ ਕੇ ਉਹ ਜੱਜ ਕਹਿੰਦਾ ਵੀ ਇਹ ਟਾਈਮ ਨਿਕਲ ਚੁੱਕਿਆ, ਇਸ ਕਰਕੇ ਕੇਸ ਇਹ ਖਤਮ। ਉਹ ਵੀ ਸਾਨੂੰ ਦੇਖਣ ਦੀ ਲੋੜ ਹੈ। ਇਹ ਸਾਰਾ ਕੁਛ ਮੈਂ ਤਾਂ ਜ਼ਿਕਰ ਕਰ ਰਿਹਾ ਕਿ ਇਹ 16 ਸਾਲ ਤੋਂ ਕੱਟਾਂ ਹੀ ਲੱਗੀ ਗਈਆਂ ਇਹਦੇ 'ਤੇ, ਉਹ ਹੈ ਨਹੀਂ ਗਏ। ਸਕੂਲ ਲਾ ਲਓ, ਸਕੂਲ ਦੇ ਵਿੱਚ ਜਿਹੜਾ ਕਲਾਸ ਸਾਈਜ਼ ਹੈ ਅਤੇ ਜਿਹੜੇ ਟੀਚਰ ਨੇ ਗੇ ਉਹਨਾਂ ਦੀ ਗਿਣਤੀ ਕਿੰਨੀ ਹੈ, ਕਿਹੜੇ ਹਿਸਾਬ ਨਾਲ ਪੜ੍ਹਾਇਆ ਜਾ ਰਿਹਾ। ਇੱਕ ਬੱਚਾ ਜਿਹੜਾ 25 ਬੱਚੇ ਸਕੂਲ 'ਚ ਬੈਠੇ ਨੇ ਕਲਾਸ ਦੇ ਵਿੱਚ, 2 ਬੱਚੇ ਉਹਨਾਂ ਨੂੰ ਪਤਾ ਟੀਚਰ ਨੂੰ ਕਿ ਇਹ ਬੱਚੇ ਫਿਸਲ ਰਹੇ, ਤਿਲਕ ਰਹੇ ਸਿਸਟਮ ਦੇ ਵਿੱਚੋਂ, ਪਿੱਛੇ ਰਹਿ ਰਹੇ ਆ, ਇਹ ਵਿਕਟਮ ਬਣ ਜਾਣਗੇ ਕਿਸੇ ਗੈਂਗ ਦਾ, ਉਹਨਾਂ ਨੂੰ ਸਪੋਰਟ ਸਿਸਟਮ ਕੋਈ ਹੈ ਅੱਜ ਸਕੂਲ ਦੇ ਵਿੱਚ? ਸਾਨੂੰ ਇਹ ਵੀ ਦੇਖਣ ਦੀ ਲੋੜ ਹੈ। ਭਾਈਚਾਰਕ ਤੌਰ ਦੇ ਉੱਤੇ ਜਿਹੜੀ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਸਾਰਿਆਂ ਨੂੰ ਕਿ ਸਾਡਾ ਡਾਇਲੋਗ ਕੀ ਹੈ, ਸਾਡਾ ਸਾਰਾ ਡਾਇਲੋਗ ਇੱਥੇ ਬਹੁਤ ਸਾਰੇ ਮੈਂ ਮਹਿਫਲਾਂ ਜਾਂਦਾ, ਉਹ ਮਟੀਰੀਅਲ ਦਾ ਕਿੱਡਾ ਵੱਡਾ ਘਰ ਹੈ, ਕਿੱਡੀ ਵੱਡੀ ਕਾਰ ਹੈ, ਸਾਡੇ ਡਾਇਲੋਗ 'ਚ ਕਿਤੇ ਵੀ ਕਿਤਾਬ ਦਾ ਜ਼ਿਕਰ ਨਹੀਂ ਹੁੰਦਾ, ਐਜੂਕੇਸ਼ਨ ਦਾ ਜ਼ਿਕਰ ਨਹੀਂ ਹੁੰਦਾ। ਅੱਜ ਮੈਂ ਬੜੇ ਸਮੇਂ ਤੋਂ ਗੁਰਦੁਆਰਿਆਂ 'ਚ ਖੜ੍ਹ ਕੇ ਬੋਲਦਾ ਆ ਰਿਹਾ, UBC ਦੇ ਵਿੱਚ 7000 ਬੱਚਾ ਗ੍ਰੈਜੂਏਟ ਹੁੰਦਾ, 7000 ਬੱਚਾ ਗ੍ਰੈਜੂਏਟ ਐਵਰੀ ਈਅਰ। ਉਹਦੇ 'ਚੋਂ ਅੱਜ ਜੇ ਤੁਸੀਂ ਜਾ ਕੇ ਨੰਬਰ ਉਹਨਾਂ ਨੂੰ ਪੁੱਛੋ, ਉਹਦੇ 'ਚੋਂ ਆਲਮੋਸਟ 3000 ਤੋਂ ਉੱਪਰ ਜਿਹੜੇ ਬੱਚੇ ਨੇ ਉਹ ਚਾਈਨੀਜ਼ ਬੈਕਗਰਾਊਂਡ ਦੇ ਨੇ, ਅਤੇ less than 300 ਇੰਡੀਅਨ ਬੈਕਗਰਾਊਂਡ ਦੇ, less than 10% ਆਫ ਚਾਈਨੀਜ਼ ਪਾਪੂਲੇਸ਼ਨ। ਅਸੀਂ ਇੱਥੇ ਖੜ੍ਹੇ ਹਾਂ, ਕਿਤੇ ਨਾ ਕਿਤੇ ਪ੍ਰੋਬਲਮ ਸਾਡੇ ਸਿਸਟਮ 'ਚ ਆਪਣੇ 'ਚ ਵੀ ਹੈਗੀ ਹੈ, ਜਿਹੜੀ ਸਾਨੂੰ ਦੇਖਣੀ ਪਊਗੀ। ਅਸੀਂ ਬੱਚਿਆਂ ਨੂੰ ਕਿਉਂ ਨਹੀਂ ਯੂਨੀਵਰਸਿਟੀ ਦੇ ਜਿਹੜਾ ਕਾਬਲ ਬਣਾ ਸਕੇ, ਕੀ ਅਸੀਂ ਲੋਕ ਬੱਚਿਆਂ ਨੂੰ ਜ਼ਿਆਦਾ ਇਹ ਤਾਂ ਨਹੀਂ ਦੇ ਰਹੇ ਵੀ ਤੁਹਾਨੂੰ ਪੜ੍ਹਨ ਦੀ ਲੋੜ ਹੀ ਨਹੀਂ, ਅਤੇ ਪੜ੍ਹਨ ਤੋਂ ਬਗੈਰ ਹੀ ਬੜੀ ਵੱਡੀ ਕਾਮਯਾਬੀ ਆ ਸਕਦੀ ਹੈ। ਇੱਕ ਇਹ ਮੈਸੇਜ ਵੀ ਕਮਿਊਨਿਟੀ ਦੇ ਵਿੱਚ ਦਿੱਤਾ ਜਾ ਰਿਹਾ, ਬੜਾ ਪੈਰਲਲ ਜਿਹੜਾ ਮੈਂ ਸਮਝਦਾ ਖਤਰਨਾਕ ਹੈ ਬੱਚਿਆਂ ਨੂੰ ਐਜੂਕੇਸ਼ਨ ਪੱਖ ਤੋਂ। ਸੋ ਇਸ ਕਰਕੇ ਇਹਦੇ ਬਹੁਤ ਸਾਰੇ ਜਿਹੜੇ ਹੈਗੇ ਇਹ ਥਾਵਾਂ 'ਤੇ ਜਾ ਕੇ ਇਹਨੂੰ ਅਡਰੈਸ ਕਰਨ ਦੀ ਲੋੜ ਹੈ, ਇਹ ਤਾਂ ਹੀ ਅਸੀਂ ਇਹਨੂੰ ਅਡਰੈਸ ਕਰ ਸਕਦੇ। ਅਤੇ ਤੁਸੀਂ ਇਸ ਕਿਸ ਚੀਜ਼ ਦੇ ਪੱਖ ਵਿੱਚ ਹੋ ਕਿ ਸਰੀ ਨੂੰ, ਜਿਹੜਾ ਹੁਣ ਸਿਟੀ ਆਫ ਸਰੀ ਨੇ ਗੱਲ ਕੀਤੀ ਹੈ ਕਿ ਸਰੀ ਨੂੰ ਆਪਣਾ ਪੁਲਿਸ ਡਿਪਾਰਟਮੈਂਟ ਮਿਲੇ ਜਾਂ RCMP ਹੀ ਕੰਟੀਨਿਊ ਕਰੇ, ਤੁਹਾਨੂੰ ਤੁਹਾਡੇ ਵੱਲੋਂ ਆਪਣਾ ਕੀ ਪ੍ਰਤੀਕਰਮ ਹੈ? ਜਿਹੜੀ ਮੇਰੇ ਵੱਲੋਂ ਵਤੀਰਾ ਇਹ ਆ, ਮੈਂ ਨਿੱਜੀ ਤੌਰ 'ਤੇ ਮਹਿਸੂਸ ਕਰਦਾ ਕਿ ਚਾਹੇ ਲੋਕਲ ਪੁਲਿਸ ਆ ਜਾਵੇ ਚਾਹੇ RCMP ਹੋਵੇ, ਜਿੰਨੀ ਦੇਰ ਤੱਕ ਲੋਕਲ ਪੁਲਿਸ ਵੀ ਜੇ ਆ ਗਈ ਉਹਦੇ ਕੋਲ ਬਣਦੇ ਸਾਧਨ ਨਹੀਂ, ਜੇ ਨੰਬਰ 800 ਹੀ ਰਿਹਾ ਤਾਂ ਇਨ ਮਾਈ ਵਿਊ, ਮੈਂ ਕੈਮਰੇ ਸਾਹਮਣੇ ਗੱਲ ਕਰ ਰਿਹਾ ਕਿ ਮੈਂ ਬਹੁਤੀ ਇੰਪਰੂਵਮੈਂਟ ਦੀ ਮੈਨੂੰ ਉਮੀਦ ਨਹੀਂ ਹੈ। ਜਿੰਨੀ ਦੇਰ ਤੱਕ ਪੈਸਾ ਲੱਗਣਾ, ਜਿੰਨੀ ਦੇਰ ਤੱਕ ਉਹਨਾਂ ਨੂੰ ਸਾਧਨ ਪ੍ਰੋਵਾਈਡ ਨਹੀਂ ਕੀਤੇ ਜਾਂਦੇ, ਜਿਹੜੇ ਸਾਧਨ ਦੇ ਵਿੱਚ ਮੇਨ ਕੀ ਹੈ ਕਿ ਅੱਜ ਵੈਨਕੂਵਰ ਦੇ ਵਿੱਚ ਜਿਹੜਾ 500 ਬੰਦੇ ਮਗਰ ਇੱਕ ਪੁਲਿਸ ਅਫੀਸਰ ਹੈ, ਸਰੀ ਦੇ ਵਿੱਚ 700 ਬੰਦੇ ਮਗਰ ਇੱਕ ਪੁਲਿਸ ਅਫੀਸਰ ਹੈ। ਹਾਲਾਂਕਿ ਵੈਨਕੂਵਰ ਜੋਗ੍ਰਾਫਿਕਲੀ ਛੋਟਾ, ਸਰੀ ਤਾਂ ਉਹਦੇ ਨਾਲ ਬਹੁਤ ਵੱਡਾ ਹੈ, ਸਰੀ ਦੇ ਵਿੱਚ ਜਿਹੜਾ ਉਹਦੀ ਬਾਉਂਡਰੀ ਆਉਂਦੀ ਇੱਕ ਪੁਲਿਸ ਅਫੀਸਰ ਦੀ, ਉਦੋਂ ਕਿਤੇ ਵੱਡੀ ਹੋ ਜਾਂਦੀ ਹੈ। ਸੋ ਇਸ ਕਰਕੇ ਉਹ ਸਾਧਨ ਜਿੰਨੀ ਦੇਰ ਤੱਕ ਨਹੀਂ ਮਿਲਦੇ ਉੰਨੀ ਦੇਰ ਤੱਕ ਮੇਜਰ ਤਬਦੀਲੀ ਕੋਈ ਨਹੀਂ ਆਉਣੀ। ਪਰ ਸਰੀ ਦੇ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਇਲੈਕਸ਼ਨ ਦੇ ਵਿੱਚ ਕਿ ਲੋਕਲ ਪੁਲਿਸ ਹੋਣੀ ਚਾਹੀਦੀ, ਉਹਦੀ ਟ੍ਰਾਂਜੈਕਸ਼ਨ ਜਿਹੜੀ ਹੈਗੀ ਹੈ ਉਹ ਜਿੰਨੀ ਜਲਦੀ ਹੋਵੇ ਚੰਗੀ ਹੈ, ਜਿਹੜੀ ਰਿਸਪੋਂਸੀਬਿਲਟੀ ਲੋਕਲ ਸਰਕਾਰ ਦੀ ਹੈ ਉਹਦੀ ਪ੍ਰੋਪਰ ਪਲੈਨਿੰਗ ਬਣਾ ਕੇ ਜਿੰਨੀ ਛੇਤੀ ਸਾਡੀ ਸਰਕਾਰ ਨੂੰ ਦੇਊਗੀ ਅਸੀਂ ਉਹਨੂੰ ਸਪੋਰਟ ਕਰਾਂਗੇ। ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਕੋਮਾਗਾਟਾ ਮਾਰੂ ਮੁੱਦੇ ਦੇ ਉੱਤੇ ਤੁਸੀਂ ਪਹਿਲਾਂ ਆਵਾਜ਼ ਚੁੱਕੀ ਸੀਗੀ ਨਾਲ, ਅਤੇ ਉਸ ਤੋਂ ਬਾਅਦ ਮਾਫ਼ੀ ਮੰਗੀ ਗਈ ਸੀ। ਇਸਦੇ ਨਾਲ ਹੀ ਹੁਣ ਜਿਹੜਾ ਇੱਕ ਨਵੀਂ ਇਸ ਚੀਜ਼ ਨੂੰ ਲੈ ਕੇ ਮੰਗ ਹੋਰ ਉੱਠੀ ਹੈ ਕਿ ਸਰੀ ਦੇ ਵਿੱਚ ਕਿਸੇ ਸਟਰੀਟ ਨੂੰ ਇਸਦੇ ਨਾਮ ਦੇ ਉੱਤੇ ਨਾਮ ਦਿੱਤਾ ਜਾਵੇ।
ਹਾਂਜੀ, ਉਹ ਜਿਹੜੀ ਇਹ ਨਵੀਂ ਡਿਸਕਸ਼ਨ ਹੈਗੀ ਹੈ ਕਿ ਉਹਦੀ ਆਪਣਾ ਕੋਈ ਨਾ ਕੋਈ ਨਾਮ ਦਿੱਤਾ ਜਾਵੇ, ਸਿਟੀ ਮੇਰੇ ਖਿਆਲ ਸਰਕਾਰ ਨੂੰ ਅਪਰੋਚ ਕੀਤਾ ਉਹਨਾਂ ਨੇ। ਇਹ ਸਾਰੀਆਂ ਗੁੱਡ ਪ੍ਰਪੋਜ਼ਲ ਨੇ ਜੀ। ਆਈ ਥਿੰਕ ਜਿਹੜਾ ਹੈਗਾ ਉਹਦੇ 'ਚ ਪਹਿਲੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਸਭ ਤੋਂ ਜਿਹੜੀ ਪਹਿਲੀ ਗੱਲ ਹੈ ਕਿ ਭਾਈਚਾਰੇ ਦੀ ਏਕਤਾ ਹੋਣੀ ਬਹੁਤ ਜ਼ਰੂਰੀ ਹੈ। ਕਈ ਵਾਰੀ ਕੀ ਹੁੰਦਾ ਕਿ ਇੱਕ ਇੱਕ ਮੰਗ ਉੱਥੇ ਜਾਂਦੀ ਹੈ, ਉਹਨੂੰ 10 ਬੰਦੇ ਲੈ ਕੇ ਜਾਂਦੇ, 5 ਪਿੱਛੇ ਚਲੇ ਜਾਂਦੇ ਵੀ ਇਹ ਨਹੀਂ ਕਰਨਾ, ਹੋਰ ਕੁਛ ਕਰਨਾ, ਸਾਡੀ ਹੋਰ ਮੰਗ ਹੈ, ਉਹ ਨਹੀਂ ਹੋਣਾ ਚਾਹੀਦਾ। ਇੱਕ ਮੰਗ ਹੋਣੀ ਚਾਹੀਦੀ ਹੈ, ਇੱਕ ਮੱਤ ਹੋਣੀ ਚਾਹੀਦੀ ਹੈ। ਤਾਂ ਉਹ ਜੇ ਇੱਕ ਮੰਗ ਸਾਡੀ ਹੋਊਗੀ ਭਾਈਚਾਰਕ ਤੌਰ ਦੇ ਉੱਤੇ, ਉਹਨੂੰ ਚਾਹੇ ਸੂਬਾ ਸਰਕਾਰ ਹੋਵੇ, ਚਾਹੇ ਫੈਡਰਲ ਗੌਰਮੈਂਟ ਹੋਵੇ, ਚਾਹੇ ਸਿਟੀ ਸਰਕਾਰ ਹੋਵੇ, ਉਹਨੂੰ ਮਨਵਾਉਣਾ ਸੌਖਾ। ਲੇਕਿਨ ਇਹ ਲਿਜਾ ਕੇ ਪ੍ਰਪੋਜ਼ਲ ਉਹਨਾਂ ਦੇ ਕੋਲ ਰੱਖ ਕੇ ਉਹਨਾਂ ਨੂੰ ਵੀ ਪੁੱਛਣ ਦੀ ਲੋੜ ਹੈ ਕਿ ਵੀ ਕੀ ਜਿਹੜਾ ਸਟਰੀਟ ਦਾ ਨਾਂ, ਆਪਾਂ ਨੂੰ ਵੀ ਦੇਖਣਾ ਪਊਗਾ ਵੀ ਕੀ ਸਟਰੀਟ ਦਾ ਨਾਂ ਚੇਂਜ ਕਰਨਾ ਇੱਕ ਬਿਹਤਰ ਢੰਗ ਹੈ ਕਾਮਾ ਗਾਟਾ ਮਾਰੂ ਦਾ ਸਤਿਕਾਰ ਕਰਨ ਦਾ, ਕਿ ਕੋਈ ਹੋਰ ਕੁਛ ਹੋ ਸਕਦਾ, ਪਾਰਕ ਦਾ ਨਾਂ ਹੋ ਸਕਦਾ, ਸਕੂਲ ਦਾ ਨਾਂ ਹੋ ਸਕਦਾ। ਕਿਉਂ, ਇੱਥੇ ਗਲੀਆਂ ਦੇ ਨੰਬਰ ਨੇ। ਅਗਲਾ ਜਿਹੜਾ ਕਾਰ 'ਚ ਬਹਿੰਦਾ, ਚਾਹੇ ਉਹ ਕਿਤੋਂ ਸੈਟਲ ਤੋਂ ਆਵੇ, ਕਿਤੋਂ ਵੀ ਆਵੇ, ਉਹ ਨੰਬਰ ਪਾਉਂਦਾ, ਐਡਰੈਸ ਪਾ ਕੇ ਉੱਥੇ ਚੱਲ ਜਾਂਦਾ। ਕੱਲ੍ਹ ਨੂੰ ਸਟਰੀਟ ਦਾ ਨਾਂ ਹੋ ਗਿਆ, ਉਹ ਬੜਾ ਕੰਪਲੈਕਸ ਜਿਹੜਾ ਹੈਗਾ ਕੁਛ ਲੋਕਾਂ ਨੂੰ, ਉਹਦੀਆਂ ਕੀ ਕੰਪਲੀਕੇਸ਼ਨ ਆ ਸਕਦੀਆਂ ਕਿ ਨਹੀਂ ਆ ਸਕਦੀਆਂ, ਸਾਨੂੰ ਦੇਖਣਾ ਪਊਗਾ। ਔਰ ਵਧੀਆ ਢੰਗ ਕੀ ਹੈ ਉਹਦਾ, ਵਧੀਆ ਢੰਗ ਜਿਹੜਾ ਉਹ ਜਿਹੜੀ ਵੀ ਕਮੇਟੀ ਹੈਗੀ ਹੈ ਲੋਕਾਂ ਨਾਲ ਕੰਸਲਟ ਕਰਕੇ ਉਹ ਲੱਭ ਸਕਦੀ ਹੈ। ਇਸ ਦੇ ਨਾਲ ਹੀ ਇੱਕ ਜਿਵੇਂ ਇਸ ਤੋਂ ਪਹਿਲਾਂ ਤੁਸੀਂ ਜਿਵੇਂ ਪੋਲੀਟਿਕਸ ਦੇ ਨਾਲ ਵਿੱਚ ਆਉਣ ਤੋਂ ਪਹਿਲਾਂ ਤੁਸੀਂ ਨਾਲ ਦੀ ਨਾਲ ਜਿਵੇਂ ਲਗਾਤਾਰ ਸੋਸ਼ਲ ਵਰਕ ਵੀ ਕਰਦੇ ਸੀ, ਅਤੇ ਫਿਰ ਉਸ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਤੁਸੀਂ ਕੁਝ ਦੱਸੋਗੇ ਕਿਵੇਂ ਤੁਸੀਂ ਕਿਹੜੇ ਕਿਹੜੇ ਕੰਮ ਕੀਤੇ ਨੇ? ਨੋਨ ਪ੍ਰੋਫਿਟ ਸੈਕਟਰ ਜਿਹੜਾ ਇੱਥੇ ਹੈਗਾ ਜੀ, ਇੱਕ ਬਹੁਤ ਵੱਡਾ ਸੈਕਟਰ ਹੈਗਾ, ਜਿਹੜਾ ਆਪਣਾ ਇੰਡੀਆ ਦੇ ਵਿੱਚ ਆਪਾਂ ਜਿਹਨੂੰ ਐਨ ਜੀ ਓਜ਼ ਕਹਿ ਦਿੰਦੇ ਹਾਂ। ਲੇਕਿਨ ਇੱਥੇ ਜਿਹੜਾ ਨੋਨ ਪ੍ਰੋਫਿਟ ਹੈਗਾ, ਐਨ ਜੀ ਓਜ਼ ਹੈਗੇ, ਉਹ ਇੰਡੀਆ ਨਾਲੋਂ ਕਿਤੇ ਵੱਧ ਵੱਡਾ ਰੋਲ ਅਦਾ ਕਰ ਰਿਹਾ, ਕਿਉਂਕਿ ਉਹਨਾਂ ਨੂੰ ਜਿਹੜੀ ਬਹੁਤ ਸਾਰੀ ਫੰਡਿੰਗ ਸਰਕਾਰ ਵੱਲੋਂ ਮਿਲਦੀ ਹੈ, ਅਤੇ ਜਿਹੜੇ ਖਾਸ ਕੰਮ ਕਰਨ ਵਾਸਤੇ, ਮਿਸਾਲ ਦੇ ਤੌਰ ਦੇ ਉੱਤੇ ਜਿੰਨੇ ਵੀ ਇੰਪਲਾਇਮੈਂਟ ਪ੍ਰੋਗਰਾਮ ਨੇ, ਬਾਹਰਲੇ ਮੁਲਕਾਂ ਤੋਂ ਲੋਕ ਆਉਂਦੇ, ਉਹਨਾਂ ਨੂੰ ਇੱਥੇ ਨੌਕਰੀ ਲੱਭਣ ਦੀ ਲੋੜ ਪੈਂਦੀ ਹੈ, ਉਹ ਨੋਨ ਪ੍ਰੋਫਿਟ ਔਰਗਨਾਈਜੇਸ਼ਨ ਕਰਦੀਆਂ। ਮਿਸਾਲ ਦੇ ਤੌਰ ਦੇ ਉੱਤੇ ਬਾਹਰਲੇ ਮੁਲਕਾਂ ਤੋਂ ਲੋਕ ਆਉਂਦੇ, ਉਹਨਾਂ ਨੂੰ ਇੰਗਲਿਸ਼ ਇੰਪਰੂਵ ਕਰਨ ਦੀ ਲੋੜ ਪੈਂਦੀ ਹੈ, ਉਹੀ ਔਰਗਨਾਈਜੇਸ਼ਨ ਕਰਦੀਆਂ। ਮਿਸਾਲ ਦੇ ਤੌਰ ਦੇ ਉੱਤੇ ਕੋਈ ਪ੍ਰੋਫੈਸ਼ਨਲ ਬਾਹਰੋਂ ਆ ਰਿਹਾ, ਉਹਨੇ ਉੱਥੋਂ ਮੈਡੀਸਨ ਕੀਤੀ ਹੋਈ, ਇੱਥੇ ਉਹਨੇ ਡੈਂਟਿਸਟ ਡਾਕਟਰ ਹੈਗਾ, ਉਹਨੇ ਇੱਥੇ ਡਾਕਟਰ ਬਣਨਾ ਹੈ, ਇੱਥੇ ਪ੍ਰੋਗਰਾਮ ਨੇ ਜਿਹੜੇ ਉਹਨੂੰ ਫੰਡ ਵੀ ਦੇਣਗੇ ਕਿ ਵੀ ਉਹ ਆਪਣੀ ਫੀਸ ਭਰ ਸਕੇ, ਉਹ ਸਾਰਾ ਕੁਛ ਕਰ ਸਕੇ, ਅਤੇ ਉਹਨੂੰ ਸਪੋਰਟ ਕਰਨਗੇ, ਪਲੱਸ ਉਹਨੂੰ ਗਾਈਡ ਵੀ ਕਰਨਗੇ ਵੀ ਆਹ ਢੰਗ ਨਾਲ ਤੁਸੀਂ ਆਪਣੇ ਸਾਰਾ ਕੰਮ ਪੂਰਾ ਕਰ ਸਕਦੇ ਹਾਂ। ਇਹ ਨੋਨ ਪ੍ਰੋਫਿਟ ਸੈਕਟਰ ਇਹ ਕੰਮ ਕਰ ਰਿਹਾ, ਇਹ ਬੜਾ ਅੱਛਾ ਕੰਮ ਕਰ ਰਿਹਾ। ਮੈਂ ਉਸੇ ਵਿੱਚ ਹੀ ਪਿਕਸ ਜਿਹੜੀ ਕਮਿਊਨਿਟੀ ਔਰਗਨਾਈਜੇਸ਼ਨ, ਉਹਦੇ ਵਿੱਚ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਮੇਰੀ ਪਹਿਲੀ ਜੌਬ ਉੱਥੇ ਹੀ ਸੀ, ਮੈਂ ਉੱਥੇ ਕੋਈ 3 ਸਾਲ ਕੰਮ ਕੀਤਾ, 3 ਸਾਲ ਬਹੁਤ ਦਿਲ ਭਰ ਕੇ ਕੰਮ ਕੀਤਾ। ਅਤੇ ਉਹਦੀ ਪਹਿਲਾਂ ਜਦੋਂ ਮੈਂ ਉੱਥੇ ਗਿਆ ਸੀ, ਉਹਦੀ ਫੰਡਿੰਗ ਉਹਦੀ ਮੇਰੇ ਖਿਆਲ 'ਚ ਕੋਈ $50,000 ਸੀਗੀ। ਪਰ ਵਿਦਇਨ 3 ਈਅਰਸ ਮੈਂ ਜਿਹੜੀਆਂ ਪ੍ਰਪੋਜ਼ਲ ਲਿਖੀਆਂ ਪ੍ਰੋਗਰਾਮ ਦੀਆਂ ਅਤੇ ਕਮਿਊਨਿਟੀ ਦੀ ਸਪੋਰਟ ਮਿਲੀ, ਉਹਦੇ ਨਾਲ ਉਹਦੀ ਫੰਡਿੰਗ ਕੋਈ $1.6 million ਹੋ ਗਈ ਸੀ। ਉੱਥੇ ਕੋਈ ਮੇਰੇ ਖਿਆਲ 'ਚ 40 ਦੇ ਕਰੀਬ ਜਿਹੜੇ ਲੋਕ ਆ ਉਹ ਕੰਮ ਕਰਨ ਲੱਗ ਗਏ ਸੀ। ਉਸ ਤੋਂ ਬਾਅਦ ਮੈਂ ਉੱਥੋਂ ਛੱਡ ਕੇ ਇੱਕ ਹੋਰ ਔਰਗਨਾਈਜੇਸ਼ਨ ਚਲਿਆ ਗਿਆ, ਜਿਹਨੂੰ ਸੀਡਸ ਕਹਿੰਦੇ ਸੀ, ਸੈਲਫ ਇੰਪਲਾਇਮੈਂਟ ਪ੍ਰੋਗਰਾਮ ਉਹ ਪ੍ਰੋਵਾਈਡ ਕਰਦੀ ਸੀ। ਉੱਥੇ ਮੈਂ ਕੰਮ ਕੀਤਾ 3 ਸਾਲ, ਅਤੇ ਉਸ ਤੋਂ ਬਾਅਦ ਮੈਨੂੰ ਮੌਕਾ ਮਿਲਿਆ, ਲੋਕਾਂ ਨੇ ਮੈਨੂੰ ਆਪਣਾ ਨੁਮਾਇੰਦਾ ਚੁਣਿਆ। ਅਤੇ ਇਹ ਕਿਵੇਂ ਤੁਸੀਂ ਚੁਣਿਆ ਅਤੇ NDP ਨਾਲ ਹੀ ਕਿਉਂ ਜੁੜੇ ਤੁਸੀਂ? ਇਹ ਗੁੱਡ ਕੁਐਸਚਨ ਹੈ ਤੁਹਾਡਾ। ਜਿਹੜਾ ਮੈਂ ਜਦੋਂ ਇੱਥੇ ਆਇਆ, ਮੈਂ ਐਕਚੁਲੀ ਸਟੂਡੈਂਟ ਸੀਗਾ ਉਦੋਂ, ਮੈਨੀਟੋਬਾ ਦੇ ਵਿੱਚ ਸੀਗਾ। ਮੈਨੀਟੋਬਾ ਦੇ ਵਿੱਚ ਮੈਨੂੰ ਪੋਲੀਟੀਕਲ ਪ੍ਰੋਸੈਸ ਨੂੰ, ਜਿਹੜਾ ਮੇਰੇ ਬ੍ਰਦਰ ਸੀਗੇ ਇੱਥੇ ਜਸਵੰਤ ਬਰਾੜ, ਉਹ ਥੋੜ੍ਹੇ ਜੁੜੇ ਹੋਏ ਸੀ ਪੋਲੀਟੀਕਲ ਪ੍ਰੋਸੈਸ ਦੇ ਨਾਲ ਕਿ ਵੀ ਇੱਥੇ ਕਿਵੇਂ ਚੱਲਦਾ। ਅਤੇ ਮੈਨੂੰ ਉਹਨਾਂ ਰਾਹੀਂ ਮਿਲਣ ਦਾ ਮੌਕਾ ਮਿਲਿਆ ਵੱਖਰੇ ਵੱਖਰੇ ਪੋਲੀਟੀਕਲ ਲੀਡਰਸ ਨੂੰ, ਅਤੇ ਜਾਣਨ ਦਾ ਮੌਕਾ ਮਿਲਿਆ ਕਿ ਕਿਹੜੀ ਪਾਰਟੀ ਕਾਹਦੇ ਵਾਸਤੇ ਲੜਦੀ ਹੈ। ਜਿਹੜੀ ਮੈਨੂੰ ਸਭ ਤੋਂ ਚੰਗੀ ਗੱਲ ਲੱਗੀ ਉਸ ਵੇਲੇ NDP ਵਾਸਤੇ, ਕਿ ਜਿਹੜੀ ਹੈਲਥ ਕੇਅਰ ਪੋਲਿਸੀ ਇੱਥੋਂ ਦੀ, ਜਿਹਨੂੰ ਅਸੀਂ ਯੂਨੀਵਰਸਲ ਹੈਲਥ ਕੇਅਰ ਪੋਲਿਸੀ ਕਹਿੰਦੇ ਹਾਂ, ਉਹ ਸਾਡੇ ਤਾਂ ਸੋਚ ਵੀ ਨਹੀਂ ਸਕਦੇ ਉੱਥੇ ਬੈਠੇ ਅਸੀਂ ਵੀ ਐਵੇਂ ਵੀ ਪੋਲਿਸੀ ਹੋ ਸਕਦੀ ਹੈ। ਕਿ ਕਿਸੇ ਵੀ ਵਿਅਕਤੀ ਦਾ, ਕਿਸੇ ਵੀ ਬੱਚੇ ਦੀ ਬਿਮਾਰੀ ਦੇਖੀ ਜਾਂਦੀ ਹੈ, ਇਹ ਨਹੀਂ ਦੇਖੀ ਜਾਂਦੀ ਕਿ ਉਹਦੇ ਪਿਓ ਦੇ ਜੇਬ ਦੇ ਵਿੱਚ ਜਾਂ ਮਾਂ ਦੀ ਜੇਬ 'ਚ ਪੈਸੇ ਕਿੰਨੇ ਹੈ ਉਹਦੇ ਇਲਾਜ ਵਾਸਤੇ। ਕਿਉਂ? ਜਿਹੜੀ ਮਾਂ, ਜਿਹੜੀ ਸਟੇਟ ਆ, ਉਹ ਇੱਕ ਮਾਂ ਹੈ, ਉਹਦਾ ਮਾਂ ਦਾ ਰੋਲ ਹੈ। ਇਸ ਕਰਕੇ ਹੈਲਥ ਕੇਅਰ ਬੰਦੇ ਨੂੰ ਉਹਦੀ ਲੋੜ ਮੁਤਾਬਕ ਮਿਲਣਾ ਚਾਹੀਦਾ, ਨਾ ਕਿ ਉਹਦੀ ਜੇਬ ਮੁਤਾਬਕ ਮਿਲਣਾ ਚਾਹੀਦਾ। ਇਹ ਪੋਲਿਸੀ ਤੋਂ ਮੈਂ ਬੜਾ ਪ੍ਰਭਾਵਿਤ ਹੋਇਆ। ਦੂਸਰੀ ਜਿਹੜੀ ਸੀਗੀ ਕਿ ਐਜੂਕੇਸ਼ਨ ਕਿਸੇ ਵੀ ਸਮਾਜ ਦੇ ਵਿੱਚ ਸਭ ਤੋਂ ਵੱਡਾ ਇਕੁਲਾਈਜ਼ਰ ਹੈ। ਅੱਜ ਤੁਸੀਂ ਕਿਸੇ ਵੀ ਸਮਾਜ ਦੇ ਵਿੱਚ ਇੱਕ ਐਜੂਕੇਸ਼ਨ ਸਿਸਟਮ ਕਰ ਦਿਓ, ਵਿਦਇਨ 20 ਈਅਰ ਸਾਰੇ ਲੋਕ ਬਰਾਬਰ ਹੋ ਜਾਣਗੇ। ਕਿਉਂ? ਇੱਕੋ ਸਕੂਲ 'ਚੋਂ ਨਿਕਲਣਾ, ਉਹਨਾਂ ਸਾਰਿਆਂ ਨੇ ਇੱਕੋ ਜਿਹੀਆਂ ਨੌਕਰੀਆਂ ਲੈ ਲੈਣੀਆਂ, ਅਤੇ ਉਹਨਾਂ ਸਾਰਿਆਂ ਨੇ ਬਰਾਬਰ ਹੋ ਜਾਣਾ। ਇਹੀ ਕਾਰਨ ਹੈ ਆਪਣੀ ਸਫਲਤਾ ਦਾ।
ਅਸੀਂ ਬਾਹਰਲੇ ਮੁਲਕਾਂ ਤੋਂ ਆਏ ਹਾਂ, ਚਾਹੇ ਇੱਥੇ ਆ ਕੇ ਪਹਿਲਾਂ ਮੈਨੂਅਲ ਜੋਬਾਂ ਕੀਤੀਆਂ ਲੋਕਾਂ ਨੇ, ਲੇਕਿਨ ਸਾਡੇ ਬੱਚੇ ਉਸੇ ਸਕੂਲਾਂ 'ਚ ਗਏ ਆ ਜਿੱਥੇ ਜੱਜ ਦਾ ਬੱਚਾ ਪੜ੍ਹਦਾ, ਪੋਲੀਟੀਸ਼ੀਅਨ ਦਾ ਬੱਚਾ ਪੜ੍ਹਦਾ, ਬਿਜ਼ਨਸਮੈਨ ਦਾ ਬੱਚਾ ਪੜ੍ਹਦਾ, ਉਸੇ ਸਕੂਲ 'ਚ ਜਾ ਕੇ ਸਾਡੇ ਬੱਚੇ ਉਹਨਾਂ ਦੇ ਸ਼ਾਇਦ ਡਾਕਟਰ ਨਾ ਬਣੇ ਹੋਣ, ਕੁਛ ਦੇ ਸਾਡੇ ਕੁਛ ਬੰਦੇ ਬੱਚੇ ਡਾਕਟਰ ਵੀ ਬਣੇ ਆ, ਇੰਜੀਨੀਅਰ ਵੀ ਬਣੇ ਆ, ਸੋ ਦੂਜੀ ਪੀੜ੍ਹੀ ਦੇ ਬੱਚੇ ਸਾਡੇ ਉਹਨਾਂ ਦੇ ਬਰਾਬਰ ਜਾ ਖੜੇ ਹੋਏ। ਇਸ ਕਰਕੇ ਜਿਹੜੀ ਐਜੂਕੇਸ਼ਨ ਹੈ ਉਹਦਾ ਅਫੋਰਡੇਬਲ, ਵੈਸੇ ਤਾਂ ਮੈਂ ਕਹਿਣਾ ਫ੍ਰੀ ਹੋਣੀ ਚਾਹੀਦੀ ਹੈ, ਪਰ ਉਹਦਾ ਅਫੋਰਡੇਬਲ ਹੋਣਾ ਬਹੁਤ ਜ਼ਰੂਰੀ ਹੈ, ਜਿਹੜਾ NDP ਵਿਸ਼ਵਾਸ ਕਰਦੀ ਹੈ ਕਿ ਅਫੋਰਡੇਬਲ ਹੋਵੇ ਤਾਂ ਕਿ ਸਮਾਜ ਨੂੰ ਬਰਾਬਰਤਾ ਲਿਆਂਦੀ ਜਾ ਸਕੇ। ਇਹ ਦੋ ਪੋਲਿਸੀ ਸੀਗੀਆਂ ਜਿਨ੍ਹਾਂ ਕਰਕੇ ਮੈਂ NDP ਤੋਂ ਪ੍ਰਭਾਵਿਤ ਹੋਇਆ ਸੀ, ਅਤੇ ਮੈਂ ਮੈਨੀਟੋਬਾ ਦੇ ਵਿੱਚ ਸਟੂਡੈਂਟ ਹੋਣ ਦੇ ਨਾਤੇ ਜਿਹੜਾ NDP ਦਾ ਮੈਂਬਰ ਬਣਿਆ ਸੀ, ਅਤੇ ਮੈਂ ਉੱਥੇ NDP 'ਚ ਕੰਮ ਕੀਤਾ ਅਤੇ ਮੈਂ ਉਹ ਕੰਮ ਜਾਰੀ ਰੱਖਿਆ BC ਦੇ ਵਿੱਚ ਆ ਕੇ। ਅਤੇ ਇਸ ਤੋਂ ਪਹਿਲਾਂ ਤੁਸੀਂ ਕਿਉਂ ਇੰਡੀਆ ਛੱਡਿਆ ਅਤੇ ਤੁਹਾਡਾ ਤੁਸੀਂ ਪਿਛੋਕੜ ਬਾਰੇ ਦੱਸੋਗੇ ਕਿ ਤੁਸੀਂ ਕਿਹੜੀ ਥਾਂ ਨਾਲ ਜੁੜੇ ਹੋਏ ਹੋ? ਮੈਂ ਜੀ ਉੱਥੇ ਜਿਹੜਾ ਹੈਗਾ ਬਠਿੰਡੇ ਇਲਾਕੇ ਤੋਂ ਮੈਂ ਹੈਗਾ, ਮੈਂ ਪੜ੍ਹਿਆ ਐਕਚੁਲੀ ਮੇਰਾ ਜ਼ਿੰਦਗੀ ਦਾ ਬਹੁਤਾ ਜਿਹੜਾ ਸਮਾਂ ਪਟਿਆਲੇ ਮੈਂ ਰਿਹਾ, ਬਠਿੰਡਾ ਕਾਲਜ ਦਾ ਮੈਂ ਵਿਦਿਆਰਥੀ ਹਾਂ, ਅਤੇ ਉੱਥੇ ਰਹਿ ਕੇ ਪੜ੍ਹਿਆ। ਮੈਂ ਉੱਥੇ ਪੰਜਾਬ ਸਰਕਾਰ ਦੇ ਵਿੱਚ ਮੈਂ ਨੌਕਰੀ ਵੀ ਕੀਤੀ, ਮੇਰੇ ਕੋਲ ਅੱਛੀ ਜੋਬ ਹੁੰਦੀ ਸੀਗੀ, ਗਜ਼ਟਡ ਪੋਸਟ ਸੀਗੀ, ਮੈਂ ਅਸਿਸਟੈਂਟ ਡਾਇਰੈਕਟਰ ਸੀਗਾ ਯੂਥ ਸਰਵਿਸ ਦੇ ਵਿੱਚ ਜਦੋਂ ਮੈਂ ਇੱਥੇ ਆਇਆ, ਪਰਮਾਨੈਂਟ ਜੋਬ ਸੀਗੀ ਉਹ। ਅਤੇ ਉਸ ਤੋਂ ਪਹਿਲਾਂ ਮੈਂ ਇੰਡੀਅਨ ਬਾਸਕਟਬਾਲ ਟੀਮ ਦਾ ਮੈਂਬਰ ਵੀ ਰਿਹਾ, ਮੈਂ ਇੰਡੀਅਨ ਬਾਸਕਟਬਾਲ ਟੀਮ ਦੇ ਵਿੱਚ ਖੇਡਿਆ। ਉੱਥੋਂ ਮੈਂ ਆਇਆ ਇੱਥੇ ਸੀਗਾ, ਫਰੈਂਕਲੀ ਸਪੀਕਿੰਗ ਮੇਰੇ ਵੱਡੇ ਬ੍ਰਦਰ ਇੱਥੇ ਸੀਗੇ, ਜਸਵੰਤ ਬਰਾੜ, ਹੁਣ ਉਹ ਸਰੀ 'ਚ ਰਹਿੰਦੇ ਆ, ਉਹ ਉਦੋਂ ਵਿਨੀਪੈਗ ਰਹਿੰਦੇ ਹੁੰਦੇ ਸੀਗੇ, ਉਹਨਾਂ ਨੂੰ ਮਿਲਣ ਵਾਸਤੇ। ਅਤੇ ਪਰ ਇੱਥੇ ਆ ਕੇ ਮੈਨੂੰ ਚੰਗਾ ਲੱਗਿਆ ਸਾਰਾ ਕੁਛ, ਫਿਰ ਮੈਂ ਉੱਥੇ ਯੂਨੀਵਰਸਿਟੀ ਜਿਹੜੀ ਹੈਗੀ ਆ ਉਹਦੇ 'ਚ MPA ਜਿਹੜੀ ਪ੍ਰੋਗਰਾਮ ਜੁਆਇਨ ਕਰ ਲਿਆ, 3 ਸਾਲਾਂ ਦੀ ਉਹ ਮਾਸਟਰ ਡਿਗਰੀ ਸੀਗੀ, ਮੈਂ ਉਹ ਮਾਸਟਰ ਡਿਗਰੀ ਖਤਮ ਕੀਤੀ। ਪਰ ਮਾਸਟਰ ਡਿਗਰੀ ਖਤਮ ਕਰਕੇ ਮੈਂ ਵਾਪਸ ਚੱਲ ਗਿਆ ਸੀ ਉੱਥੇ, ਪਰ ਫਿਰ ਮੈਂ ਉੱਥੋਂ ਦੁਬਾਰਾ ਵਾਪਸ ਸਰੀ 'ਚ ਆ ਕੇ ਆਪਣਾ ਸਫ਼ਰ ਸ਼ੁਰੂ ਕੀਤਾ, ਜਿਹਦੇ ਬਾਰੇ ਆਪਾਂ ਗੱਲਬਾਤ ਕਰ ਚੁੱਕੇ ਹਾਂ। ਇੱਥੇ ਮੈਨੂੰ ਚੰਗਾ ਲੱਗਿਆ ਕਿਉਂਕਿ ਇੱਥੇ ਜਿਹੜਾ ਹਰ ਇਨਸਾਨ ਦੀ ਇੱਜ਼ਤ ਹੈ, ਹਰ ਇਨਸਾਨ ਦੀ ਫਰੀਡਮ ਹੈ, ਹਰ ਇਨਸਾਨ ਆਪਣੀ ਜੋ ਕੁਛ ਕੰਟਰੀਬਿਊਟ ਕਰਨਾ ਚਾਹੁੰਦਾ ਉਹ ਕਰ ਸਕਦਾ, ਇੱਕ ਵਧੀਆ ਸਮਾਜ ਹੈ, ਇੱਥੋਂ ਦੇ ਵਧੀਆ ਲੋਕ ਨੇ ਅਤੇ ਵਧੀਆ ਮੁਲਕ ਹੈ। ਅਤੇ ਅੰਤ ਵਿੱਚ ਜੇ ਮੇਰੇ ਤੋਂ ਕੁਛ ਪੁੱਛਣ ਤੋਂ ਰਹਿ ਗਿਆ ਹੋਵੇ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੇ ਆਪ ਤੋਂ? ਨਾ ਜੀ, ਤੁਸੀਂ ਬੜੀ ਬਹੁਤ ਅੱਛੀ ਇੰਟਰਵਿਊ ਕੀਤੀ ਹੈ, ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਕਿ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਘੀ ਸਤਿ ਸ਼੍ਰੀ ਅਕਾਲ ਬੁਲਾਉਣਾ ਚਾਹੁੰਦਾ, ਨਮਸਕਾਰ ਅਤੇ ਸਲਾਮ ਅਲੈਕਮ ਕਰਨਾ ਚਾਹੁੰਦਾ। ਮੇਰੇ ਤਾਂ ਕਦੇ ਵੀ ਕੰਮ ਹੋਵੇ, ਮੇਰਾ ਫੋਨ ਨੰਬਰ ਹੈਗਾ 6048627744। ਮੈਂ ਹਮੇਸ਼ਾ ਹੀ ਕਮਿਊਨਿਟੀ ਦੇ ਜਿਹੜੇ ਮਸਲੇ ਲੈ ਕੇ ਵਿਧਾਨ ਸਭਾ ਦੇ ਵਿੱਚ ਗਿਆ ਜਾਂ ਵਿਧਾਨ ਸਭਾ ਤੋਂ ਬਾਅਦ ਦਲੇਰੀ ਦੇ ਨਾਲ ਬੋਲਿਆ ਔਰ ਇਮਾਨਦਾਰੀ ਦੇ ਨਾਲ ਬੋਲਿਆ, ਅਤੇ ਮੈਂ ਉਹ ਕਰਦਾ ਰਹੂੰਗਾ। ਮੇਰੇ ਤੋਂ ਮੈਂ ਕੁਛ ਵੀ ਕਿਸੇ ਦਾ ਕਰ ਸਕਾਂ ਤਾਂ ਮੈਨੂੰ ਜ਼ਰੂਰ ਸੰਪਰਕ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ। ਜਿਵੇਂ ਕਿ ਤੁਸੀਂ ਬਹੁਤ ਸਾਰੀਆਂ ਗੱਲਾਂ ਸੁਣੀਆਂ ਅਤੇ ਉਮੀਦ ਹੈ ਕਿ ਤੁਹਾਨੂੰ ਆਪਣੇ ਆਗੂ ਜਗਰੂਪ ਬਰਾੜ ਨੂੰ ਹੋਰ ਜ਼ਿਆਦਾ ਸਮਝਣ ਦਾ ਮੌਕਾ ਮਿਲਿਆ ਹੋਵੇਗਾ। ਇਸ ਦੇ ਨਾਲ ਹੀ ਮੈਨੂੰ ਪੁਰਨੀਤ ਕੌਰ ਨੂੰ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ TV ਪੰਜਾਬ।